ਵਿਕਾਸ ਦੇ ਚ ਖੇੜੇ ਦੇ ਚ ਫਰਕ ਨਹੀਂ ਪੈਂਦਾ। ਜਗਤ ਦੇ ਸਦੀਵੀ ਤੇ ਫੁੱਲ ਵੀ ਨਹੀਂ ਖਿੜਦਾ, ਜੋ ਦਿਨ ਨੂੰ ਖਿੜਿਆ ਰਾਤ ਨੂੰ ਮੁਰਝਾ ਜਾਂਦਾ, ਮੌਸਮ ਦੇ ਚ ਖਿੜਿਆ ਬੇਮੌਸਮੀ ਮੁਰਝਾ ਜਾਂਦਾ। ਨਾਨਕ ਭਗਤਾਂ ਸਦਾ ਵਿਗਾਸ, ਜੋ ਭਗਤ ਹੈ ਸਦੀਵੀ ਖੇੜੇ ਚ ਹੈ। ਕਾਰਨ ਕੀ ਹੈ? ਸੁਣੀਏ, ਦੁੱਖ ਪਾਪ ਕਾ ਨਾਸ, ਉਹਦੇ ਦੁੱਖ ਨਾਸ ਹੋ ਗਏ, ਉਹਦੇ ਪਾਪ ਨਾਸ ਹੋ ਗਏ। ਦੁੱਖਾਂ ਦਾ ਬੀਜ ਸੀ ਪਾਪ, ਪਾਪ ਦੀ ਵਜ਼ਾਹਤ ਦਾਸ ਨੇ ਕੱਲ ਕੀਤੀ। ਮੇਰੇ ਜਿਸ ਕਰਮ ਤੋਂ ਕਿਸੇ ਨੂੰ ਵੀ ਚੋਟ ਪਹੁੰਚੇ, ਬਸ ਉਹੀ ਪਾਪ ਹੈ। ਔਰ ਪਹੁੰਚਾਈ ਗਈ ਚੋਟ ਪਲਟ ਕੇ ਵਾਪਸ ਆਉਂਦੀ ਹੈ, ਦਿੱਤਾ ਹੋਇਆ ਦੁੱਖ ਪਲਟ ਕੇ ਵਾਪਸ ਆਉਂਦਾ ਹੈ। ਰੱਬੀ ਨਿਜ਼ਾਮ, ਈਸ਼ਵਰੀ ਨਿਯਮ। ਕਿਸੇ ਨੂੰ ਮਨੁੱਖ ਦੁੱਖ ਦੇ ਚੁੱਕਿਆ ਹੈ ਤਾਂ ਇਤਨੀ ਗੱਲ ਸਪਸ਼ਟ ਹੈ, ਦੁੱਖ ਭੋਗਣ ਲਈ ਤਿਆਰ ਵੀ ਹੋ ਜਾਏ। ਇਰਾਨੀ ਸੂਫੀ ਸੰਤ ਕਹਿ ਰਿਹਾ ਹੈ, ਯਾਰ ਰਾਹ ਖੁਦ ਕਰਦਾ ਰਾਹ ਇਲਾਜ ਨੇਸਤ, ਜੋ ਤੂੰ ਕਰ ਚੁੱਕਿਆ ਹੈ ਉਹਦਾ ਇਲਾਜ ਮੇਰੇ ਕੋਲ ਨਹੀਂ ਹੈ। ਇੱਕੋ ਹੀ ਇਲਾਜ ਹੈ, ਭੋਗਣ ਲਈ ਤਿਆਰ ਹੋ ਜਾ। ਯਾਰ ਰਾਹ ਖੁਦ ਕਰਦਾ ਰਾਹ ਇਲਾਜ ਨੇਸਤ, ਕਰਦ ਨਹੀਂ ਖੁਆਇਸ਼ ਉਹ ਆਮਦ ਨਹੀਂ ਪੇਸ਼, ਜੋ ਤੂੰ ਕਰ ਚੁੱਕਿਆ ਤੇਰੇ ਸਾਹਮਣੇ ਆਵੇਗਾ। ਦੁੱਖ ਦੇ ਚੁੱਕਿਆ ਤੇਰੀ ਝੋਲੀ 'ਚ ਦੁੱਖ ਵਾਪਸ ਆਏਗਾ। ਕਿਸੇ ਦੀ ਪੱਗ ਲਾਈ ਏ ਤੋਂ ਤੇਰੇ ਸਿਰ 'ਤੇ ਸਲਾਮਤ ਨਹੀਂ ਰਹਿਣੀ। ਕਿਸੇ ਦੇ ਰਸਤੇ ਦਾ ਰੋੜਾ ਬਣਿਆ ਤੇਰੇ ਰਸਤੇ 'ਚ ਵੀ ਕੰਡੇ ਹੀ ਕੰਡੇ। ਰੱਬੀ ਨਿਯਮ, ਈਸ਼ਵਰੀ ਨਿਯਮ। ਉਸ ਭਗਤ ਦੇ ਅੰਦਰ ਇਤਨਾ ਵਿਗਾਸ ਕਿਉਂ ਹੈ, ਖੇੜਾ ਕਿਉਂ ਹੈ, ਸਦੀਵੀ ਖੁਸ਼ੀ ਕਿਉਂ ਹੈ? ਉਹਦੇ ਪਾਪ ਮਿਟ ਗਏ ਤੇ ਪਾਪ ਦੇ ਮਿਟਦਿਆਂ ਦੁੱਖ ਮਿਟ ਗਏ, ਪਾਪ ਦੀ ਛਾਪ ਮਿਟ ਗਈ। ਹਰ ਇੱਕ ਦਾ ਭਲਾ ਮੰਗਦਾ ਹੈ, ਬੁਰਾ ਨਹੀਂ ਮੰਗਦਾ। ਯਤਨ ਕਰਕੇ ਭਲਾ ਕਰਦਾ ਹੈ, ਬੁਰਾ ਕਰਦਾ ਨਹੀਂ। ਨਾ ਬੁਰਾ ਸੋਚਦਾ ਨਾ ਬੁਰਾ ਕਰਦਾ। ਮਿਟ ਗਈ ਇਹ ਧਾਰਨਾ ਅੰਦਰੋਂ, ਮਨ ਵਿੱਚੋਂ ਸਾਰੀ ਬੁਰਾਈ ਨਿਕਲ ਗਈ, ਤਨ ਵਿੱਚੋਂ ਸਾਰੀ ਬੁਰੀ ਕ੍ਰਿਤ ਨਿਕਲ ਗਈ। ਐਸਾ ਕਿਉਂ? ਸੁਣੀਏ, ਸੁਣੀਏ ਦੁੱਖ ਪਾਪ ਕਾ, ਸੁਣਨ ਕਰਕੇ। ਪਰਮਾਤਮਾ ਦਾ ਨਾਮ ਸੁਣਨ ਕਰਕੇ ਤਰਕ ਖੜੀ ਹੋਵੇਗੀ। ਬੜਾ ਕੀਰਤਨ ਸੁਣਿਆ, ਬੜੀ ਕਥਾ ਸੁਣੀ ਹੈ, ਬੜੀ ਬਾਣੀ ਸੁਣੀ ਹੈ, ਨਾ ਪਾਪ ਮਿਟਿਆ, ਪਾਪ ਨਹੀਂ ਮਿਟਿਆ, ਕਿਉਂਕਿ ਦੁੱਖ ਹੀ ਆ ਤਾਂ ਦੁੱਖ ਪੈਦਾ ਹੋ ਰਿਹਾ ਪਾਪ ਤੋਂ। ਦੁੱਖ ਦਾ ਬੀਜ ਪਾਪ ਹੈ ਔਰ ਦੁੱਖ ਫਲ ਹੈ, ਸੁੱਖ ਫਲ ਹੈ। ਅਗਰ ਦੁੱਖ ਸੁੱਖ ਫਲ ਹੈ ਤਾਂ ਫਿਰ ਜ਼ਰੂਰ ਇਸ ਦਾ ਕੋਈ ਬੀਜ ਹੈ। ਬਿਨਾਂ ਬੀਜ ਤੋਂ ਫਲ ਕਿੱਥੇ? ਦੁੱਖ ਸੁੱਖ ਫਲ ਹੈ, ਕਰਮ ਬੀਜ ਹੈ। ਇੱਕ ਬੀਜ ਮਨੁੱਖ ਜ਼ਮੀਨ ਵਿੱਚ ਬੋਂਦਾ ਹੈ, ਧਰਤੀ ਵਿੱਚ ਬੋਂਦਾ ਹੈ,
ਧਰਤੀ ਦਾ ਬੋਇਆ ਹੋਇਆ ਬੀਜ ਐਸਾ ਵੀ ਹੋ ਸਕਦਾ ਹੈ, ਮੀਂਹ ਮੈਂ ਬੀਜਿਆ, ਖਾ ਕੋਈ ਹੋਰ ਰਿਹਾ, ਦਰਖਤ ਮੈਂ ਲਾਇਆ, ਛਾਂ ਤਲੇ ਕੋਈ ਹੋਰ ਬੈਠਾ, ਉਹਦੇ ਫਲ ਕੋਈ ਹੋਰ ਖਾ ਰਿਹਾ। ਪਰ ਜੀਵਨ ਦੀ ਧਰਤੀ ਦੇ ਜੋ ਮਨੁੱਖ ਕਰਮ ਦਾ ਬੀਜ ਬਾਉਂਦਾ ਉਹ ਆਪ ਹੀ ਖਾਣਾ ਪੈਂਦਾ। ਆਪ ਬੀਜ ਆਪੇ ਹੀ ਖਾ, ਉਹ ਦੂਜਾ ਨਹੀਂ ਖਾ ਸਕਦਾ। ਮੈਂ ਬੀਜਿਆ, ਮੇਰਾ ਪੁੱਤਰ ਉਹ ਨਹੀਂ ਖਾ ਸਕਦਾ। ਮੈਂ ਬੀਜਿਆ, ਮੇਰਾ ਪਿਤਾ ਉਹ ਨਹੀਂ ਖਾ ਸਕਦਾ। ਇਹੀ ਕਾਰਨ ਹੈ ਸਾਰੀ ਦੁਨੀਆ ਵਿੱਚ ਧਨ ਵਧਦਾ ਜਾ ਰਿਹਾ, ਧਰਮ ਘਟਦਾ ਜਾ ਰਿਹਾ। ਪਿਓ ਦਾ ਧਨ ਪੁੱਤਰ ਦਾ ਧਨ ਹੋ ਸਕਦਾ ਹੈ, ਪਰ ਪਿਓ ਦਾ ਧਰਮ ਪੁੱਤਰ ਦਾ ਧਰਮ ਨਹੀਂ ਹੋ ਸਕਦਾ। ਪਤੀ ਦਾ ਧਨ ਪਤਨੀ ਦਾ ਹੋ ਸਕਦਾ ਹੈ, ਪਰ ਪਤੀ ਦਾ ਜਪਿਆ ਹੋਇਆ ਨਾਮ ਤੇ ਨਾਮ ਦਾ ਰਸ ਪਤਨੀ ਦਾ ਨਹੀਂ ਹੋ ਸਕਦਾ। ਇਸ ਸੰਬੰਧ ਵਿੱਚ ਮੈਂ ਕਈ ਦਫ਼ਾ ਆਪ ਨਾਲ ਜ਼ਿਕਰ ਕੀਤਾ, ਇਤਿਹਾਸਿਕ ਤੱਥ ਤੁਹਾਡੇ ਸਾਹਮਣੇ ਰੱਖਦੇ ਹਾਂ। ਧੰਨ ਗੁਰੂ ਰਾਮਦਾਸ ਜੀ ਮਹਾਰਾਜ ਵਕਤ ਦੇ ਅਵਤਾਰੀ ਪੁਰਸ਼ ਨੇ, ਗੁਰੂ ਨਾਨਕ ਦੀ ਗੱਦੀ ਦੇ ਵਾਰਸ। ਉਹਨਾਂ ਦਾ ਵੱਡਾ ਸਾਹਿਬਜ਼ਾਦਾ ਪ੍ਰਿਥੀ ਚੰਦ ਸਾਰੀ ਜ਼ਿੰਦਗੀ ਗੁਰੂ ਰਾਮਦਾਸ ਜੀ ਨਾਲ ਝਗੜਦਾ ਰਿਹਾ। ਫਿਰ ਬਾਅਦ ਵਿੱਚ ਆਪਣੇ ਛੋਟੇ ਬਿਰਾਤਾ ਗੁਰੂ ਅਰਜਨ ਦੇਵ ਜੀ ਨਾਲ ਝਗੜਦਾ ਰਿਹਾ। ਭਾਈ ਗੁਰਦਾਸ ਜੀ ਨੂੰ ਮੀਣਾ ਆਖਣਾ ਪਿਆ, ਮੀਣਾ ਹੋਇਆ ਪ੍ਰਿਥੀਆ ਕਰ ਕਰ ਟੇਡਕ ਬਰਲ ਚਲਾਇਆ। ਔਰ ਜਦ ਬਾਰ ਬਾਰ ਝਗੜਾ ਕਰਦਾ ਸੀ ਗੁਰੂ ਰਾਮਦਾਸ ਜੀ ਮਹਾਰਾਜ ਨਾਲ, ਸਤਿਗੁਰ ਸਮਝਾਉਂਦੇ ਸਨ, ਨਹੀਂ ਸਮਝਿਆ। ਗੁਰੂ ਰਾਮਦਾਸ ਜੀ ਦਾ ਇੱਕ ਸ਼ਬਦ ਵੀ ਹੈ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਨੇ ਬਡੀਰੇ ਤੁਮ ਹੋ, ਤਿੰਨ ਸਿਉ ਝਗੜਤ ਪਾਪ। ਗੁਰੂ ਰਾਮਦਾਸ ਜੀ, ਇਹ ਤੇ ਪਾਪ ਹੈ ਤੂੰ ਕਰਦਾ। ਇੱਕ ਵਕਤ ਦਾ ਅਵਤਾਰੀ ਪੁਰਸ਼ ਔਰ ਇੱਕ ਉਸੇ ਅਵਤਾਰ ਨਾਲ ਆਪਣੇ ਪਿਤਾ ਨਾਲ ਹੀ ਝਗੜਦਾ ਹੈ। ਪਿਤਾ ਦੀ ਦੌਲਤ, ਧਰਮ ਦੀ ਦੌਲਤ ਵਸੀਅਤ ਵਿੱਚ ਪੁੱਤਰ ਨੂੰ ਨਹੀਂ ਦਿੱਤੀ ਜਾ ਸਕਦੀ। ਅਗਰ ਐਸਾ ਹੁੰਦਾ ਤੇ ਗੁਰਗੱਦੀ ਤੇ ਗੁਰੂ ਨਾਨਕ ਸ੍ਰੀ ਚੰਦ ਨੂੰ ਬਿਠਾਉਂਦੇ, ਲਖਮੀ ਦਾਸ ਨੂੰ ਬਿਠਾਉਂਦੇ, ਲੈਣੇ ਨੂੰ ਬਿਠਾਉਣ ਦੀ ਲੋੜ ਹੀ ਨਹੀਂ ਸੀ। ਆਪਣੀ ਸੰਤਾਨ ਮੌਜੂਦ ਸੀ ਤੇ ਲੈਣੇ ਨੂੰ ਚੁਣਨ ਦੀ ਕੀ ਲੋੜ ਸੀ। ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਬੱਚਿਆਂ ਨੂੰ ਬਿਠਾ ਸਕਦੇ ਸਨ, ਨਹੀਂ। ਇਹ ਵੀ ਮੈਂ ਅਰਜ਼ ਕਰਦੇ ਪ੍ਰਹਿਲਾਦ ਧਾਰਮਿਕ ਹੈ, ਰੱਬੀ ਰਸ ਨਾਲ ਭਿਜਿਆ ਹੋਇਆ ਉਸਦਾ ਹਿਰਦਾ, ਸਵਾਸ ਸਵਾਸ ਨਾਮ ਜਪਣ ਵਾਲਾ। ਔਰ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾਮ ਕਿਵੇਂ ਜਪੀਏ, ਤਾਂ ਕਬੀਰ ਕਹਿੰਦੇ ਨੇ ਰਾਮ ਜਪੋ ਜੀ ਐਸੇ ਐਸੇ, ਧਰੁਵ ਪ੍ਰਹਿਲਾਦ ਜਪਿਓ ਹਰ ਜੈਸੇ। ਇਹ 70-80 ਸਾਲ ਦੇ ਬੁੱਢੇ ਰੱਬ ਦਾ ਨਾਂ ਇੰਜ ਜਪ ਜਿਵੇਂ 5 ਸਾਲ ਦੇ ਬੱਚੇ ਪ੍ਰਹਿਲਾਦ ਨੇ ਜਪਿਆ, ਧਰੁਵ ਨੇ ਜਪਿਆ। ਕਮਾਲ ਇਸ ਬੱਚੇ ਤੋਂ ਪ੍ਰੇਰਨਾ ਲਈ ਹੈ, ਔਰ 5 ਸਾਲ ਦੇ ਬੱਚੇ ਤੋਂ। ਕਬੀਰ ਕਹਿੰਦੇ ਨੇ ਇੰਜ ਜਪ ਜਿਵੇਂ ਧਰੁਵ ਨੇ ਜਪਿਆ, ਇਸ ਤਰ੍ਹਾਂ ਜਪ ਜਿਵੇਂ ਪ੍ਰਹਿਲਾਦ ਨੇ ਜਪਿਆ। ਪ੍ਰਹਿਲਾਦ ਦੀ ਬੜੀ ਕੋਸ਼ਿਸ਼, ਇਹ ਜੋ ਰੱਬੀ ਰਸ ਮੇਰੇ ਕੋਲ ਹੈ ਮੇਰੇ ਪਿਓ ਕੋਲ ਵੀ ਹੋਵੇ, ਤਾਂ ਪਿਓ ਕੋਲ ਨਹੀਂ ਸੀ। ਪਿਓ ਹਰਨਾਕਸ਼ ਦੁਸ਼ਟ, ਪੁੱਤਰ ਵਕਤ ਦਾ ਸੱਜਣ ਭਗਤ, ਪਿਤਾ ਦੁਸ਼ਟ
ਲੇਕਿਨ ਪੁੱਤਰ ਭਗਤ ਹੈ, ਇਹ ਉਹ ਦੌਲਤ ਹੈ, ਵੰਡੀ ਨਹੀਂ ਜਾ ਸਕਦੀ, ਪ੍ਰੇਰਨਾ ਦਿੱਤੀ ਜਾ ਸਕਦੀ। ਅਗਰ ਵੰਡੀ ਵੀ ਜਾ ਸਕਦੀ ਤਾਂ ਦੁਨੀਆ 'ਚ ਇੱਕੋ ਹੀ ਅਵਤਾਰ ਦੀ ਲੋੜ ਸੀ, ਇਤਨੇ ਅਵਤਾਰਾਂ ਦੀ ਲੋੜ ਨਹੀਂ ਸੀ। ਇਹ ਮੈਂ ਕਰਦੇ ਹਾਂ, ਇੱਕੋ ਹੀ ਅਵਤਾਰ ਨੇ ਜਗਤ ਦੀ ਝੋਲੀ 'ਚ ਪਾ ਦੇਣਾ ਸੀ ਅਤੇ ਅੱਗੋਂ ਲੋਕ ਦੂਜਿਆਂ ਦੀ ਝੋਲੀ 'ਚ ਪਾ ਦਿੰਦੇ ਨਹੀਂ। ਇਸ ਵਾਸਤੇ ਇੱਕ ਆਲਮ ਕਹਿੰਦਾ, ਹਜ਼ਾਰੋਂ ਖਿਜਰ ਪੈਦਾ ਕਰ ਚੁੱਕੀ ਹੈ ਨਸਲ ਆਦਮ ਕੀ, ਇਹ ਸਭ ਤਸਲੀਮ ਲੇਕਿਨ ਆਦਮੀ ਅਬ ਤੱਕ ਭਟਕਤਾ ਹੈ। ਹਜ਼ਾਰਾਂ ਅਵਤਾਰ ਆ ਚੁੱਕੇ ਨੇ ਲੇਕਿਨ ਮਨੁੱਖ ਤੇ ਅੱਜ ਵੀ ਭਟਕ ਰਿਹਾ ਹੈ, ਬੰਦੇ ਦੇ ਪੱਲੇ ਤੇ ਅੱਜ ਵੀ ਧਰਮ ਕੋਈ ਨਹੀਂ। ਆਪਦੀ ਗਿਆਤ ਲਈ ਅਰਜ਼ ਕਰਾਂ, ਵਾਕਈ ਜਿਨ੍ਹਾਂ ਕੋਲ ਰੱਬੀ ਰਸ ਹੈ ਉਹ ਸੈਕੜਿਆਂ 'ਚ ਇੱਕ ਦੋ ਨਹੀਂ, ਹਜ਼ਾਰਾਂ 'ਚ ਇੱਕ ਦੋ ਨਹੀਂ, ਕਰੋੜਾਂ 'ਚ ਇੱਕ ਦੋ ਨੇ। ਕੋਟਨ ਮੇ ਨਾਨਕ ਕੋ ਨਾਰਾਇਣ ਜੈ ਜੀਤ, ਕੋਈ ਬਹੁਤ ਵੱਡੀ ਗਿਣਤੀ ਨਹੀਂ ਹੈ। ਪ੍ਰਹਿਲਾਦ ਧਾਰਮਿਕ ਹੈ ਲੇਕਿਨ ਰੱਬੀ ਰਸ ਆਪਣੇ ਪਿਓ ਨੂੰ ਨਹੀਂ ਦੇ ਸਕੇ। ਔਰ ਪ੍ਰਹਿਲਾਦ ਇਤਨਾ ਵੱਡਾ ਭਗਤ ਹੈ, ਚਾਰ ਚਾਰ ਦਿਨ ਪਿਓ ਨੇ ਭੁੱਖਾ ਰੱਖਿਆ ਲੇਕਿਨ ਇਹ ਭੁੱਖ ਦੇ 'ਚ ਵੀ ਨਾਮ ਜਪਦਾ ਰਿਹਾ, ਲੋਕ ਭਰੇ ਪੇਟ ਨਾਲ ਵੀ ਨਹੀਂ ਜਪਦੇ। ਉਹ ਜੇਲ੍ਹ ਦੀ ਤੰਗ ਤਾਰੀਕ ਕੋਠੜੀ ਦੇ 'ਚ ਵੀ ਪ੍ਰਭੂ ਦੇ ਗੀਤ ਗਾਉਂਦਾ ਰਿਹਾ, ਲੋਕ ਆਪਣੇ ਮਹਿਲਾਂ ਦੇ 'ਚ ਵੀ ਨਹੀਂ ਗਾਉਂਦੇ। ਉਹ ਤਰ੍ਹਾਂ ਤਰ੍ਹਾਂ ਦੇ ਤਸੀਏ ਸਹਾਰਦਾ ਆਇਆ ਵੀ, ਪ੍ਰਭੂ ਦਾ ਸ਼ੁਕਰਾਨਾ ਕਰਦਾ ਰਿਹਾ, ਤਰ੍ਹਾਂ ਤਰ੍ਹਾਂ ਦੀਆਂ ਸੌਗਾਤਾਂ ਪ੍ਰਾਪਤ ਕਰਕੇ ਵੀ ਲੋਕ ਸ਼ੁਕਰਾਨਾ ਨਹੀਂ ਕਰਦੇ। ਉਹ ਇਸ ਤਰ੍ਹਾਂ ਦਾ ਭਗਤ। ਉਮਰ ਕੀ ਹੈ? 5 ਸਾਲ। ਤਦੀ ਤੇ ਕਬੀਰ ਕਹਿੰਦੇ, ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰ ਜੈਸੇ। ਮੀਰਾਂ ਧਾਰਮਿਕ ਹੈ, ਮੀਰਾਂ ਦਾ ਪਤੀ ਚਿਤੌੜਗੜ੍ਹ ਦਾ ਰਾਣਾ ਧਾਰਮਿਕ ਨਹੀਂ ਹੈ, ਉਹਨੇ ਘਰੋਂ ਹੀ ਕੱਢ ਦਿੱਤਾ ਸੀ। ਜਿਨ੍ਹਾਂ ਨੇ ਇਤਿਹਾਸ ਨੂੰ ਪੜ੍ਹਿਆ ਉਹਨਾਂ ਨੇ ਕਿਹਾ ਸੀ, ਮੈਨੂੰ ਪਤਨੀ ਚਾਹੀਦੀ ਹੈ, ਸੰਤਣੀ ਨਹੀਂ ਚਾਹੀਦੀ, ਇੱਥੇ ਮੇਰੀ ਸੰਤਣੀ ਮੇਰੇ ਪੱਲੇ ਬੰਨ ਦਿੱਤੀ, ਇੱਥੇ ਹਰ ਵਕਤ ਗੀਤ ਗਾਉਂਦੀ ਰਹਿੰਦੀ ਹੈ ਪਰਮਾਤਮਾ ਦੇ, ਇੱਥੇ ਪਤਾ ਨਹੀਂ ਕਿਹੜੇ ਲੋਕ ਦੀਆਂ ਗੱਲਾਂ ਕਰਦੀ ਰਹਿੰਦੀ। ਚਿਤੌੜਗੜ੍ਹ ਦੇ ਰਾਣੇ ਦਾ ਮੀਰਾਂ ਬਾਈ ਨਾਲ ਤਾਲਮੇਲ ਨਹੀਂ ਬੈਠਿਆ। ਔਰ ਮੀਰਾਂ ਹਰ ਵਕਤ ਪ੍ਰਾਰਥਨਾ ਕਰਦੀ ਸੀ, ਹੇ ਪ੍ਰਭੂ ਇਤਨਾ ਰਸ ਤੂੰ ਮੇਰੀ ਝੋਲੀ 'ਚ ਪਾ ਦਿੱਤਾ, ਡੁੱਲ ਡੁੱਲ ਕੇ ਪੈਂਦਾ, ਥੋੜ੍ਹਾ ਜਿਹਾ ਮੇਰੇ ਪਤੀ ਨੂੰ ਵੀ ਦੇ ਦੇ, ਪ੍ਰਾਰਥਨਾ ਵੀ ਕਰਦੀ ਸੀ। ਪਰ ਨਹੀਂ, ਉਸ ਪਤੀ ਨੇ ਤਾਂ ਘਰੋਂ ਕੱਢ ਦਿੱਤਾ। ਪਹਿਲੇ ਮਾਰਨ ਦੀ ਕੋਸ਼ਿਸ਼ ਕੀਤੀ ਜਾਨ ਤੋਂ, ਜ਼ਹਿਰ ਦਾ ਪਿਆਲਾ ਦਿੱਤਾ, ਪੀ ਗਈ, ਨਹੀਂ ਮਰੀ। ਸੱਪ ਭੇਜਿਆ ਡੰਗ ਮਾਰਨ ਵਾਸਤੇ, ਉਹਨੇ ਡੰਗ ਨਹੀਂ ਮਾਰਿਆ, ਫਿਰ ਘਰੋਂ ਕੱਢ ਦਿੱਤੀ। ਰਾਜਸਥਾਨ ਦੇ ਜੰਗਲਾਂ ਵਿੱਚ ਭਟਕਦੀ ਰਹੀ, ਕਿਉਂਕਿ ਕੋਈ ਸ਼ਹਿਰ ਦੇ 'ਚ ਨਹੀਂ ਵੜਨ ਦਿੰਦਾ ਸੀ, ਮੰਦਿਰ ਦੇ 'ਚ ਦਾਖਲ ਨਹੀਂ ਆਉਣ ਦਿੰਦਾ ਸੀ। ਦਰਖਤਾਂ ਤਲੇ ਬੈਠ ਕੇ ਇੱਕ ਤਾਰਾ ਵਜਾ ਕੇ ਪ੍ਰਭੂ ਦੇ ਗੀਤ ਗਾਉਂਦੀ ਰਹੀ। ਜਿਨ੍ਹਾਂ ਜਿਨ੍ਹਾਂ ਦਰਖਤਾਂ ਦੇ ਥੱਲੇ ਇਸਨੇ ਗੀਤ ਗਾਏ, ਅੱਜ ਰਾਜਸਥਾਨ ਦੇ ਉਹਨਾਂ ਰਾਜੇ ਮਹਾਰਾਜਿਆਂ ਅਤੇ ਜਾਗੀਰਦਾਰਾਂ ਨੇ ਸੋਨੇ ਦੇ ਮੰਦਿਰ ਖੜ੍ਹੇ ਕੀਤੇ ਨੇ, ਸਾਰਾ ਮਾਰਬਲ ਲਾਇਆ, ਸੋਨੇ ਦੇ ਕਲਸ ਲਾਏ ਨੇ।
ਮੀਰਾ ਧਾਰਮਿਕ ਸੀ, ਉਸਦਾ ਪਤੀ ਧਾਰਮਿਕ ਨਹੀਂ ਸੀ। ਤ੍ਰਿਲੋਚਨ ਧਾਰਮਿਕ ਸੀ, ਉਹਦੀ ਪਤਨੀ ਧਾਰਮਿਕ ਨਹੀਂ ਸੀ। ਇੱਕ ਸ਼ਬਦ ਤ੍ਰਿਲੋਚਨ ਨੇ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ। ਤ੍ਰਿਲੋਚਨ ਅੰਮ੍ਰਿਤ ਵੇਲੇ ਉੱਠ ਕੇ ਪਰਮਾਤਮਾ ਦੇ ਗੁਣਾਂ ਦਾ ਉਚਾਰਨ ਕਰਦਾ ਹੈ, ਪਰ ਇਹ ਵੀ ਅੰਮ੍ਰਿਤ ਵੇਲੇ ਨਾਲ ਉੱਠ ਕੇ ਗਾਲਾਂ ਹੀ ਕੱਢਦੀ ਹੈ ਰੱਬ ਨੂੰ। ਇੱਕ ਪਰਮਾਤਮਾ ਦੀ ਸਿਫਤ ਉਹ ਸਲਾਹ ਕਰਦਾ ਹੈ, ਇੱਕ ਪਰਮਾਤਮਾ ਦੀ ਨਿੰਦਾ ਕਰਦੀ ਹੈ। ਸ਼ਬਦ ਹੈ ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਤ੍ਰਿਲੋਚਨ ਜੀ ਦਾ ਇਹ ਗਵਾਰ ਇਹ ਨਾ ਸਮਝ ਇਹ ਕੀ ਕਰਦੀ ਹੈ ਅੰਮ੍ਰਿਤ ਵੇਲੇ। ਸਿਫਤ ਉਹ ਸਲਾਹ ਦਾ ਵਕਤ ਨਿੰਦਾ ਕਰਦੀ ਹੈ। ਨਾਰਾਇਣ ਨਿੰਦਸ ਕਾਏ ਭੂਲੀ ਗਵਾਰੀ, ਦੁਖਰਤ ਸੁਕਰਤ ਥਾਰੋ ਕਰਮਰੀ, ਦੁਖੀ ਬਹੁਤ ਸੀ। ਤਨ ਕਰਕੇ ਇੱਕ ਰੋਗੀ ਸੀ ਅਤੇ ਅਧਕੜ ਉਮਰ ਹੋ ਗਈ ਸੀ, ਔਲਾਦ ਵੀ ਨਹੀਂ ਸੀ, ਬੱਚਾ ਵੀ ਨਹੀਂ ਸੀ। ਤੂੰ ਕਹਿੰਦੀ ਸੀ ਇਸ ਨਾਰਾਇਣ ਨੇ ਕੀ ਦਿੱਤਾ ਸਾਨੂੰ, ਇਹਦੇ ਗੀਤ ਗਾਈਏ। ਰੋਗ ਦਿੱਤਾ, ਰੋਗੀ ਤਨ ਦਿੱਤਾ ਅਤੇ ਬੇਔਲਾਦ, ਔਲਾਦ ਕੋਈ ਨਹੀਂ। ਕੀ ਲੋੜ ਹੈ ਇਸਦੀ ਸਿਫਤ ਸਲਾਹ ਕਰਨ ਦੀ। ਤ੍ਰਿਲੋਚਨ ਸਮਝਾਉਂਦੇ ਨੇ ਦੁਖਰਤ ਸੁਕਰਤ ਥਾਰੋ ਕਰਮਰੀ, ਦੁੱਖ ਸੁੱਖ ਤੇ ਤੇਰੇ ਕਰਮਾਂ ਦਾ ਫਲ ਹੈ, ਦੁੱਖ ਸੁੱਖ ਤੇ ਫਲ ਹੈ, ਤੇ ਜੇ ਫਲ ਹੈ ਤੇ ਉਸਦਾ ਬੀਜ ਹੈ, ਉਸਦਾ ਬੀਜ ਹੈ ਤੇਰੇ ਕਰਮ। ਤੇ ਪਹਿਲੇ ਹੀ ਤੂੰ ਦੁੱਖ ਭੋਗ ਰਹੀ ਹੈ ਤੇ ਫਿਰ ਉਹ ਬੀਜ ਬੋ ਰਹੀ ਹੈ ਜਿਸ ਤੋਂ ਹੋਰ ਦੁੱਖ ਪੈਦਾ ਹੋਵੇਗਾ, ਹੋਰ ਦੁੱਖ ਪੈਦਾ ਹੋਵੇਗਾ। ਸਮਝਾਉਂਦੇ ਨੇ ਤ੍ਰਿਲੋਚਨ ਆਪਣੀ ਪਤਨੀ ਨੇ, ਸਾਰਾ ਸ਼ਬਦ ਆਪਣੀ ਪਤਨੀ ਦੇ ਪ੍ਰਤੀ ਉਚਾਰਨ ਕੀਤਾ। ਲੇਕਿਨ ਪਤਨੀ ਵੀ ਆਖਿਰ ਤ੍ਰਿਲੋਚਨ ਦੀ ਸੀ। ਕਹਿਣ ਲੱਗੀ ਜਿਸ ਦੀ ਬੰਦਗੀ ਕਰਨ ਨਾਲ, ਜਿਸ ਦੇ ਗੁਣ ਗਾਇਨ ਕਰਨ ਨਾਲ ਕੀਤੇ ਕਰਮ ਮਿੱਟ ਹੀ ਨਹੀਂ ਸਕਦੇ, ਤੋ ਫਿਰ ਗੁਣ ਗਾਇਨ ਕਰਨ ਦਾ ਮਤਲਬ ਕੀ ਹੈ? ਸਿਫਤ ਸਲਾਹ ਕਰਮ ਦਾ ਮਤਲਬ ਕੀ ਹੈ? ਬੜੀਆਂ ਦਲੀਲਾਂ ਦਿੱਤੀਆਂ ਤ੍ਰਿਲੋਚਨ ਨੇ, ਕੀਤਾ ਕਰਮ ਨਹੀਂ ਮਿਟਦਾ, ਕ੍ਰਿਤ ਕਰਮ ਨਹੀਂ ਮਿਟਦਾ। ਔਰ ਫਿਰ ਇਸ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ, ਚੂੰਕਿ ਇਸ ਵਕਤ ਪ੍ਰਕਰਣ ਨਹੀਂ ਹੈ ਮੇਰਾ, ਪੂਰਬਲੋ ਕ੍ਰਿਤ ਕਰਮ ਨਹਿ ਮਿਟੇਰੀ ਘਰ ਗਹਿਣ, ਨਹੀਂ ਮਿਟਦਾ। ਪੂਰਬਲੋ ਕ੍ਰਿਤ ਕਰਮ ਨਹਿ ਮਿਟੇਰੀ ਘਰ ਗਹਿਣ, ਤਾਂ ਚੇ ਮੋ ਜਾਫੀ ਅਲੇ ਰਾਮ ਚੇ ਨਾਮਗੇ, ਇਸ ਵਾਸਤੇ ਮੈਂ ਪ੍ਰਭੂ ਦਾ ਨਾਮ ਜਪਦਾ। ਕਰਮ ਤੇ ਮਿਟਣਾ ਹੀ ਨਹੀਂ। ਪਰ ਤ੍ਰਿਲੋਚਨ ਦੀ ਪਤਨੀ ਆਖਿਰ ਤ੍ਰਿਲੋਚਨ ਦੀ, ਤੇ ਜੇ ਮਿਟਣਾ ਹੀ ਨਹੀਂ ਤੇ ਰਾਮ ਜਪਣ ਦਾ ਮਤਲਬ, ਮਿਟਣਾ ਹੀ ਨਹੀਂ ਤੇ ਪ੍ਰਭੂ ਦੀ ਬੰਦਗੀ ਦਾ ਮਤਲਬ ਹੈ। ਪ੍ਰਭੂ ਦੀ ਬੰਦਗੀ ਮਨੁੱਖ ਦੀ ਸੁਰਤ ਨੂੰ, ਮਨੁੱਖ ਦੇ ਧਿਆਨ ਨੂੰ ਇਤਨਾ ਉੱਚਾ ਕਰ ਦਿੰਦੀ ਹੈ, ਦੁੱਖ ਸੁੱਖ ਉਸਦੇ ਪੈਰਾਂ ਦੇ ਥੱਲੋਂ ਲੰਘ ਜਾਂਦੇ। ਨਹੀਂ ਤੇ ਅਕਸਰ ਮਨੁੱਖਾਂ ਨੂੰ ਕਿਧਰੇ ਸੁੱਖ ਹਿਲਾ ਕੇ ਰੱਖ ਦਿੰਦੇ ਨੇ, ਕਿਤੇ ਦੁੱਖ ਹਿਲਾ ਕੇ ਰੱਖ ਦਿੰਦੇ। ਕੋਈ ਸੁੱਖ ਕਰਕੇ ਅਯਾਸ਼ ਤੇ ਬਦਮਾਸ਼ ਹੰਕਾਰੀ ਹੋ ਗਿਆ, ਕੋਈ ਦੁੱਖ ਕਰਕੇ ਬੇਚੈਨ ਤੇ ਬੇਹਾਲ ਹੋ ਗਿਆ। ਰਸਤੇ ਦਾ ਰੋੜਾ ਬਣ ਗਿਆ ਕਿਧਰੇ ਸੁੱਖ, ਰਸਤੇ ਦਾ ਰੋੜਾ ਬਣ ਗਿਆ ਕਿਧਰੇ ਦੁੱਖ। ਕੋਈ ਦੁੱਖਾਂ ਦੇ ਰੋੜੇ ਨੂੰ ਨਹੀਂ ਹਟਾ ਸਕਿਆ, ਕੋਈ ਸੁੱਖਾਂ ਦੇ ਰੋੜੇ ਨੂੰ ਨਹੀਂ, ਰੁਕ ਗਏ ਨੇ। ਪਰ ਉਹ ਮਨੁੱਖ ਕਸਵਟੀ ਤੇ ਪੂਰਾ ਉਤਰ ਗਿਆ,
ਰੋੜਿਆਂ ਦੇ ਉੱਪਰੋਂ ਲੰਘ ਆਇਆ ਹੈ। ਹੈਨ ਰੋੜੇ ਤੇ ਕੋਈ ਗੱਲ ਨਹੀਂ, ਅਸੀਂ ਰੁਕਣਾ ਨਹੀਂ। ਹੈ ਦੁੱਖ ਤੇ ਕੋਈ ਗੱਲ ਨਹੀਂ, ਨਾ ਸੁੱਖ ਨੇ ਹਿਲਾਇਆ ਨਾ ਦੁੱਖ ਨੇ ਹਿਲਾਇਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ। ਦੁੱਖ ਤੇ ਆਇਆ ਪਰ ਹੁਣ ਦੁੱਖ ਮਨ ਨੂੰ ਨਹੀਂ ਛੂੰਦਾ। ਅਗਰ ਤਨ ਨੂੰ ਛੂ ਵੀ ਗਿਆ ਤਾਂ ਠੀਕ ਹੈ, ਹੁਣ ਉਸ ਦੁੱਖ ਦੇ ਪ੍ਰਤੀ ਮਨ ਵਿੱਚ ਸ਼ੋਕ ਨਹੀਂ ਪੈਦਾ ਹੁੰਦਾ, ਚਿੰਤਾ ਨਹੀਂ ਪੈਦਾ ਹੁੰਦੀ, ਦੁੱਖ ਨਹੀਂ ਪੈਦਾ ਹੁੰਦਾ, ਸੰਤਾਪ ਨਹੀਂ ਪੈਦਾ ਹੁੰਦਾ। ਕੋਈ ਬਾਹਰੋਂ ਔਕੜ ਆ ਗਈ ਹੈ, ਕੋਈ ਗੱਲ ਨਹੀਂ। ਕੋਈ ਤਨ ਵਿੱਚ ਰੋਗ ਪੈਦਾ ਹੋ ਗਿਆ, ਕੋਈ ਗੱਲ ਨਹੀਂ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੇ, ਸੁੱਖ ਸਨੇ ਅਰ ਭੈ ਨਹੀਂ ਜਾਂਕੇ। ਤੇ ਸੁੱਖ ਨਾਲ ਕੋਈ ਇਤਨੀ ਹੁਣ ਪਕੜ ਵੀ ਨਹੀਂ ਰਹੇਗੀ, ਕੋਈ ਬਹੁਤੀ ਪਕੜ ਵੀ ਨਹੀਂ ਰਹੇਗੀ। ਨਹੀਂ ਤੇ ਅਕਸਰ ਮਨੁੱਖ ਦੀ ਜ਼ਿੰਦਗੀ ਇੰਜ ਬਤੀਤ ਆਉਂਦੀ ਹੈ, ਦੁੱਖ ਸੁੱਖ ਕਰਤ ਜਨਮ ਫੁਨ ਮੋਆ। ਦੁੱਖ ਦੇ ਚ ਰੋਂਦਾ ਰਿਹਾ, ਸੁੱਖ ਦੇ ਚ ਹੱਸਦਾ ਰਿਹਾ, ਆਖਰ ਮਰ ਗਿਆ। ਇਹੀ ਮਨੁੱਖ ਦੀ ਜ਼ਿੰਦਗੀ, ਹੋਰ ਕੀ ਹੈ। ਮੈਨੂੰ ਇੱਕ ਛੋਟੀ ਜਿਹੀ ਗਾਥਾ ਯਾਦ ਆਈ ਹੈ। ਈਰਾਨ ਦੇ ਸ਼ਹਿਨਸ਼ਾਹ ਨੇ ਕਿਧਰੇ ਫਿਰਦੋਸੀ ਨੂੰ ਕਿਹਾ, ਮੈਂ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਜਾਣਨਾ ਚਾਹੁੰਦਾ। ਸਾਰੇ ਸੰਸਾਰ, ਹਰ ਮੁਲਕ, ਹਰ ਕੌਮ ਵਿੱਚ ਜੋ ਇਤਿਹਾਸਕ ਵਾਕਏ ਹੋਏ ਨੇ, ਜੋ ਕਾਬਲੇ ਦੀਦ ਹੋਵਨ, ਕਾਬਲੇ ਸੁਨੀਦ ਹੋਵਨ, ਉਹ ਮੈਂ ਜਾਣਨਾ ਚਾਹੁੰਦਾ। ਤੂੰ ਸੰਸਾਰ ਦੀਆਂ ਸਾਰੀਆਂ ਇਹ ਮਹਾਨ ਘਟਨਾਵਾਂ ਲਿਖਤੀ ਰੂਪ ਵਿੱਚ ਮੇਰੇ ਸਾਹਮਣੇ ਲਿਆ। ਫਿਰਦੋਸੀ ਸ਼ਾਇਰ ਸੀ ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵੀ ਫਿਰਦੋਸੀ ਨੂੰ ਸਨਮਾਨ ਦਿੰਦੇ ਨੇ। ਜ਼ਫਰਨਾਮਾ ਲਿਖਿਆ ਹੈ ਔਰੰਗਜ਼ੇਬ ਨੂੰ, ਜਿੱਤ ਦੀ ਜੋ ਚਿੱਠੀ ਲਿਖੀ ਹੈ, ਜ਼ਫਰਨਾਮੇ ਦਾ ਮਤਲਬ ਜਿੱਤ ਦੀਆਂ ਚਿੱਠੀਆਂ। ਉਹਦੇ 'ਚ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਚੇ ਖੁਸ਼ ਗੁਫਤ ਫਿਰਦੋਸੀਏ ਖੁਸ਼ਤਰ ਜ਼ਬਾਂ, ਕਿ ਜ਼ੂਦੀ ਬਵਦ ਕਾਰ ਆਹਿਰ ਮਨਾ। ਔਰੰਗਜ਼ੇਬ, ਚੱਲ ਤੂੰ ਮੇਰੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ, ਕਿਸੇ ਹੋਰ ਸੰਤ ਮਹਾਂਪੁਰਸ਼ ਦੀ ਗੱਲ ਨਹੀਂ ਮੰਨਣੀ ਸੀ ਤੇ ਨਾ ਸਹੀ, ਕਮ ਸੇ ਕਮ ਤੇਰਾ ਦੀਨੀ ਭਰਾ ਇਸਲਾਮ ਨੂੰ ਮੰਨਣ ਵਾਲਾ ਫਿਰਦੋਸੀ ਉਹਦੀ ਗੱਲ ਹੀ ਮੰਨ ਲੈਂਦਾ। ਕਿਤਨਾ ਸੋਹਣਾ ਉਸਨੇ ਲਿਖਿਆ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਚੇ ਖੁਸ਼ ਗੁਫਤ ਫਿਰਦੋਸੀ ਏ ਖੁਸ਼ਤਰ ਜ਼ਬਾਂ। ਕਿਤਨਾ ਉਸਨੇ ਚੰਗਾ ਲਿਖਿਆ, ਕਿਤਨੇ ਚੰਗੇ ਬੋਲ ਉਸਨੇ ਬੋਲੇ ਨੇ, ਕਿਤਨਾ ਮਹਾਨ ਦਰਸ ਦਿੱਤਾ ਉਸਨੇ ਜਗਤ ਨੂੰ, ਕਿ ਜ਼ੂ ਦੀ ਬਵਦ ਕਾਰ ਆਹਿਰ ਮਨਾ। ਜਲਦਬਾਜ਼ੀ ਕਰਨਾ ਸ਼ੈਤਾਨਾਂ ਦਾ ਕੰਮ ਆਉਂਦਾ ਹੈ, ਜਲਦਬਾਜ਼ੀ ਵਿੱਚ ਧਿਆਨ ਗਹਿਰਾ ਨਹੀਂ ਜਾਂਦਾ। ਤੂੰ ਇਤਨਾ ਜਲਦਬਾਜ਼ ਮਨੁੱਖ ਹੈ, ਉਸੇ ਜਲਦਬਾਜ਼ੀ 'ਚ ਤੂੰ ਆਪਣੇ ਪਿਓ ਨੂੰ ਜੇਲ੍ਹ 'ਚ ਪਾਇਆ, ਉਸੇ ਜਲਦਬਾਜ਼ੀ 'ਚ ਤੂੰ ਆਪਣੇ ਤਿੰਨੇ ਭਰਾ ਕਤਲ ਕੀਤੇ, ਉਸੇ ਜਲਦਬਾਜ਼ੀ ਵਿੱਚ ਆ ਕੇ ਤੂੰ ਆਪਣੀ ਵੱਡੀ ਭੈਣ ਜਹਾਂ ਆਰਾ ਨੂੰ ਗੁੱਤੋਂ ਧਰੋ ਕੇ ਜੇਲ੍ਹ 'ਚ ਪਾਇਆ। ਉਹ ਦਾਰੇ ਦਾ ਪੱਖ ਲੈਂਦੀ ਸੀ, ਪਿਓ ਦਾ ਪੱਖ ਲੈਂਦੀ ਸੀ,
ਔਰੰਗਜ਼ੇਬ ਦੀ ਮੁਖਾਲਫਤ ਕਰਦੀ ਸੀ ਔਰ ਮੂੰਹ ਦੇ ਉੱਤੇ ਔਰੰਗਜ਼ੇਬ ਨੂੰ ਉਦੋਂ ਗਾਲਾਂ ਕੱਢਣ ਲੱਗ ਪਈ ਜਦੋਂ ਪਤਾ ਚੱਲਿਆ ਕਿ ਔਰੰਗਜ਼ੇਬ ਨੇ ਦਾਰੇ ਨੂੰ ਵੀ ਕਤਲ ਕਰ ਦਿੱਤਾ ਹੈ। ਦਾਰਾ ਫਕੀਰ ਤਬੀਅਤ ਬੰਦਾ ਸੀ, ਦਾਨੀ ਸੁਭਾਅ ਦਾ ਵੀ ਸੀ ਅਤੇ ਗਿਆਨੀ ਵੀ ਸੀ, ਸ਼ਾਇਰ ਤਬੀਅਤ ਵੀ ਸੀ, ਉਸ ਨੂੰ ਵੀ ਕਤਲ ਕਰ ਦਿੱਤਾ। ਅਤੇ ਜਦ ਜਹਾਂ ਆਰਾ ਗਾਲਾਂ ਕੱਢਣ ਲੱਗੀ, ਔਰੰਗਜ਼ੇਬ ਨੂੰ ਝਾੜਨ ਲੱਗੀ, ਗੁੱਤੋਂ ਧਰੂ ਕੇ ਉਸ ਨੂੰ ਵੀ ਬੰਦ ਕੀਤਾ। 7 ਸਾਲ ਜੇਲ੍ਹ ਵਿੱਚ ਰਹੀ ਹੈ, ਮਰੀ ਵੀ ਜੇਲ੍ਹ ਵਿੱਚ। ਮਹਾਰਾਜ ਕਹਿੰਦੇ ਨੇ, ਗੁਰੂ ਗੋਬਿੰਦ ਸਿੰਘ ਜੀ, ਕਮ ਸੇ ਕਮ ਤੂੰ ਫਿਰਦੋਸੀ ਦੀ ਗੱਲ ਮੰਨ ਲੈਂਦਾ, ਜਲਦਬਾਜ਼ੀ ਅਤੇ ਸ਼ੈਤਾਨਾਂ ਦਾ ਕੰਮ ਆਉਂਦਾ ਹੈ ਅਤੇ ਤੇਰੇ ਹਰ ਕੰਮ ਦੇ ਉੱਤੇ ਸ਼ੈਤਾਨੀਅਤ ਦੀ ਮੋਹਰ ਲੱਗੀ ਹੈ ਕਿਉਂਕਿ ਤੂੰ ਜਲਦਬਾਜ਼ੀ ਕੀਤੀ ਹੈ। ਗਹਿਰਾਈ ਨਾਲ ਸੋਚਿਆ ਹੀ ਨਹੀਂ, ਕਿਸੇ ਗੱਲ ਦੀ ਜੋ ਹੈ ਤਹਿ ਦੇ ਜੋ ਹੈ ਤੂੰ ਗਿਆ ਹੀ ਨਹੀਂ, ਗਹਿਰਾਈ ਦੇ ਜੋ ਹੈ ਤੂੰ ਗਿਆ ਹੀ ਨਹੀਂ, ਉਸ ਨੂੰ ਸਮਝਣ ਦੀ ਤੂੰ ਕੋਸ਼ਿਸ਼ ਹੀ ਨਹੀਂ ਕੀਤੀ। ਜੇ ਹੁਸ਼ ਗੁਫਤ ਫਿਰਦੋਸੀ ਏ ਹੁਸ਼ਤਰ ਜ਼ਬਾਂ, ਕਿ ਜ਼ੂਦੀ ਬਵਦ ਕਾਰ ਆਹਿਰ ਮਨਾ। ਆਪਦੀ ਗੈਤ ਲਈ ਅਰਜ਼ ਕਰਾਂ, ਦੁੱਖ ਸੁੱਖ ਕਸਵਟੀ ਹੈ, ਕੋਈ ਦੁੱਖ 'ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ 'ਤੇ ਪੂਰਾ ਨਹੀਂ ਉਤਰਦਾ। ਬਥੇਰਿਆਂ ਨੂੰ ਸੁੱਖ ਨੇ ਰੋਕ ਕੇ ਰੱਖਿਆ ਹੋਇਆ ਹੈ, ਬਥੇਰਿਆਂ ਨੂੰ ਦੁੱਖ ਨੇ ਰੋਕ ਕੇ ਰੱਖਿਆ ਹੋਇਆ। ਕੋਈ ਇਤਨਾ ਸੁਖਿਆਰਾ ਹੈ, ਇਤਨਾ ਸੁਖਿਆਰਾ ਹੈ, ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਵਾਹਿਗੁਰੂ ਮੰਤਰ ਨਹੀਂ ਜਪ ਸਕਦਾ। ਕੋਈ ਦੁੱਖ ਕਰਕੇ ਇਤਨਾ ਬੇਚੈਨ ਹੈ, ਇਤਨਾ ਬੇਚੈਨ ਹੈ, ਨਹੀਂ ਜਪ ਕਰ ਸਕਦਾ। ਕੋਈ ਇਤਨਾ ਸੁਖਿਆਰਾ ਹੈ, ਇਤਨਾ ਸੁਖਿਆਰਾ ਹੈ, ਥੀਏਟਰ ਕਲੱਬ ਜੂਏ ਖਾਨੇ ਸ਼ਰਾਬਖਾਨਿਆਂ ਦੇ ਦਰਵਾਜ਼ਿਆਂ ਦਾ ਇਸ ਨੂੰ ਪਤਾ ਹੈ, ਗੁਰਦੁਆਰੇ ਦਾ ਤਾਂ ਰਸਤਾ ਹੀ ਭੁੱਲ ਗਿਆ, ਧਰਮ ਮੰਦਰ ਦਾ ਤਾਂ ਰਸਤਾ ਹੀ ਭੁੱਲ ਗਿਆ। ਔਰ ਕੋਈ ਇਤਨਾ ਦੁਖਿਆਰਾ ਹੈ, ਇਤਨਾ ਦੁਖੀ ਹੈ, ਇਤਨਾ ਬੇਚੈਨ ਹੋ ਗਿਆ, ਇਤਨਾ ਪਰੇਸ਼ਾਨ ਹੋ ਗਿਆ, ਗੁਰਦੁਆਰੇ ਆਉਣ ਨੂੰ ਇਸਦਾ ਜੀ ਨਹੀਂ ਕਰਦਾ, ਦੁੱਖ ਇਸ ਨੂੰ ਆਉਣ ਹੀ ਨਹੀਂ ਦਿੰਦਾ। ਕੋਈ ਦੁੱਖ ਦੀ ਕਸੌਟੀ 'ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ ਦੀ ਕਸੌਟੀ 'ਤੇ ਪੂਰਾ ਨਹੀਂ ਉਤਰਦਾ, ਔਰ ਪਰਮਾਤਮਾ ਦੀ ਹੋਰ ਕੋਈ ਕਸੌਟੀ ਨਹੀਂ ਹੈ, ਇਹੀ ਕਸੌਟੀ ਹੈ। ਕਬੀਰ ਕਸੌਟੀ ਰਾਮ ਕੀ, ਝੂਠਾ ਟਿਕੇ ਨਾ ਕੋਏ, ਰਾਮ ਕਸੌਟੀ ਸੋ ਸਹੇ ਜੋ ਮਰ ਜੀਵਾ ਹੋਏ। ਰਾਮ ਦੀ ਕਸੌਟੀ ਕੀ ਹੈ? ਦੁੱਖ ਸੁੱਖ। ਕੋਈ ਦੁੱਖ 'ਤੇ ਪੂਰਾ ਨਹੀਂ ਉਤਰਦਾ, ਕੋਈ ਸੁੱਖ 'ਤੇ ਪੂਰਾ ਨਹੀਂ ਉਤਰਦਾ। ਕਿਸੇ ਦਾ ਸਿੱਖੀ ਸਿਦਕ ਦੁੱਖਾਂ ਦੇ ਅਥਾਹ ਜਲ ਵਿੱਚ ਡੁੱਬ ਕੇ ਰਹਿ ਜਾਂਦਾ ਹੈ, ਗਰਕ ਹੋ ਜਾਂਦਾ ਹੈ। ਉਹਦੀ ਸਿੱਖੀ ਗਰਕ ਹੋ ਗਈ, ਉਹਦਾ ਨਿਤਨੇਮ ਡੁੱਬ ਗਿਆ, ਉਹਦੀ ਰਹਿਤ ਬਹਿਤ ਡੁੱਬ ਗਈ, ਸਭ ਕੁਝ ਡੁੱਬ ਗਿਆ। ਔਰ ਕੋਈ ਸੁੱਖਾਂ ਵਿੱਚ ਗਰਕ ਹੋ ਕੇ ਰਹਿ ਜਾਂਦਾ ਹੈ, ਗੁਰੂ ਦੀ ਮੋਹਰ ਡੁੱਬ ਗਈ, ਗੁਰੂ ਦੀ ਰਹਿਤ ਬਹਿਤ ਡੁੱਬ ਗਈ, ਨਿਤਨੇਮ ਡੁੱਬ ਗਿਆ, ਅੰਮ੍ਰਿਤ ਵੇਲਾ ਡੁੱਬ ਗਿਆ, ਸਤਸੰਗ ਡੁੱਬ ਗਿਆ, ਗੁਰਬਾਣੀ ਦਾ ਪਾਠ ਡੁੱਬ ਗਿਆ, ਸਭ ਕੁਝ ਗਰਕ ਹੋ ਗਿਆ। ਕਿਸੇ ਦਾ ਸੁੱਖ ਦੇ 'ਚ ਡੁੱਬ ਗਿਆ, ਕਿਸੇ ਦਾ ਦੁੱਖ ਦੇ 'ਚ। ਮਹਾਰਾਜ ਗੁਰੂ ਨਾਨਕ ਦੇਵ ਜੀ ਤਾਂ ਕਹਿੰਦੇ ਨੇ, ਮੈਂ ਤਾਂ ਦੇਖਦਾ ਹਮ ਦੇਖਾਂ ਤੈਂ ਡੁੱਬੇ ਹਲੇ, ਸਭ ਡੁੱਬੇ ਪਏ ਨੇ, ਸਭ ਗਰਕ ਹੋਏ ਪਏ ਨੇ। ਕਿਸੇ ਨੂੰ ਸੁੱਖ ਨੇ ਗਰਕ ਕਰਕੇ ਰੱਖ ਦਿੱਤਾ, ਕਿਸੇ ਨੂੰ ਦੁੱਖ ਨੇ ਗਰਕ ਕਰਕੇ ਰੱਖ ਦਿੱਤਾ। ਦੁੱਖ ਸੁੱਖ ਕਰਤ ਜਨਮ ਪੁਨਮ ਹੋਆ,
ਕਦੀ ਦੁਖੀ ਕਦੀ ਸੁਖੀ, ਕਦੀ ਸੁਖੀ ਕਦੀ ਦੁਖੀ, ਆਖਰ ਮਰ ਗਿਆ। ਫਿਰਦੋਸੀ ਨੂੰ ਕਿਹਾ ਤੂੰ ਸਾਰੇ ਸੰਸਾਰ ਦਾ ਇਤਿਹਾਸ ਲਿਖ। ਉਹਨੇ ਆਖਿਆ ਜਹਾਂ ਪਨਾਹ, ਕਮ ਸੇ ਕਮ 6 ਮਹੀਨੇ ਤੇ ਚਾਹੀਦੇ। ਤੁਸੀਂ ਸਾਰੇ ਸੰਸਾਰ ਦਾ ਇਤਿਹਾਸ ਕਹਿੰਦੇ ਹੋ, ਈਰਾਨ ਦੇ ਜੋ ਤਵਾਰੀਖੀ ਘਟਨਾਵਾਂ ਜੇ ਉਹਨਾਂ ਨੂੰ ਵੀ ਮੈਂ ਸੰਗ੍ਰਹਿ ਕਰਾਂ, ਲਿਖਤੀ ਰੂਪ ਦਿਆਂ, ਤੇ ਕਾਫੀ ਸਮਾਂ ਲੱਗੇਗਾ। ਪਰ ਸਾਰੀ ਦੁਨੀਆ, ਸਾਰਾ ਜਹਾਨ, ਸਾਰੀ ਜ਼ਮੀਨ ਦੇ ਉੱਤੇ ਜਿੰਨੇ ਮੁਲਕ ਨੇ ਤੇ ਤਵਾਰੀਖੀ ਹਾਲਾਤ ਤੁਸੀਂ ਜਾਣਨਾ ਚਾਹੁੰਦੇ ਹੋ, ਕਮ ਸੇ ਕਮ 6 ਮਹੀਨੇ। ਬਾਦਸ਼ਾਹ ਨੇ ਕਿਹਾ ਠੀਕ ਹੈ, 6 ਮਹੀਨੇ ਮੈਂ ਉਡੀਕ ਕਰਾਂਗਾ, ਤੂੰ ਸਾਰੇ ਸੰਸਾਰ ਦੀਆਂ ਇਤਿਹਾਸਕ ਘਟਨਾਵਾਂ ਨੂੰ ਲਿਖ ਕੇ ਲਿਆਵੇਂਗਾ ਔਰ ਮੈਂ ਇਸ ਨੂੰ ਪੜ੍ਹਾਂਗਾ, ਜਗਤ ਵਿੱਚ ਅੱਜ ਤੱਕ ਕੀ ਕੁਛ ਹੋਇਆ ਹੈ। 6 ਮਹੀਨਿਆਂ ਬਾਅਦ 10 ਸੈਂਚੀਆਂ 10 ਪੋਥੀਆਂ ਦੇ ਰੂਪ ਵਿੱਚ ਫਿਰਦੋਸੀ ਨੇ ਬਾਦਸ਼ਾਹ ਦੇ ਅੱਗੋਂ ਇਹ ਪੋਥੀਆਂ ਰੱਖ ਦਿੱਤੀਆਂ। ਜਹਾਂ ਪਨਾਹ, ਤੁਸੀਂ ਕਿਹਾ ਸੀ ਸੰਸਾਰ ਦਾ ਇਤਿਹਾਸ, ਆਪਣੀ ਤਰਫੋਂ ਕੋਸ਼ਿਸ਼ ਕੀਤੀ ਹੈ, ਜੋ ਮੁੱਖ ਮੁੱਖ ਹਾਦਸੇ ਹੋਏ ਨੇ, ਜੋ ਮੁੱਖ ਮੁੱਖ ਉਪਲਬਧੀਆਂ ਹੋਈਆਂ ਨੇ ਵੱਖ ਵੱਖ ਦੇਸ਼ਾਂ ਵਿੱਚ, ਮੈਂ ਕਲਮ ਬੰਦ ਕਰਨ ਦੀ ਕੋਸ਼ਿਸ਼ ਕੀਤੀ ਹੈ। ਪੜ੍ਹੋ, ਥੱਬਾ ਪੋਥੀਆਂ ਦਾ ਦੇਖ ਕੇ ਕਹਿਣ ਲੱਗਾ ਹੈ ਤੂੰ ਨਿਰਾ ਮੈਨੂੰ ਵੇਲਾ ਹੀ ਸਮਝ ਲਿਆ, ਇਹ ਹੀ ਪੜ੍ਹਦਾ ਰਹਾਂ, ਛੋਟਾ ਕਰਕੇ ਲਿਆ, ਸ਼ਾਰਟ ਕਰ, ਇੰਨਾ ਇਤਨਾ ਮੇਰੇ ਕੋਲ ਸਮਾਂ ਕਿੱਥੇ, ਇਤਨਾ ਮੇਰੇ ਕੋਲ ਵਕਤ ਕਿੱਥੇ, ਤੂੰ ਇਸਦਾ ਛੋਟਾ ਰੂਪ ਬਣਾ। ਇਤਿਹਾਸ ਕਹਿੰਦਾ ਹੈ ਵਿਚਾਰੇ ਨੂੰ 4 ਮਹੀਨੇ ਫਿਰ ਲੱਗੇ 10 ਪੋਥੀਆਂ ਨੂੰ 4 ਪੋਥੀਆਂ ਦੀ ਸ਼ਕਲ ਦੇਣ ਵਿੱਚ। ਵੱਡੇ ਵੱਡੇ ਹਾਦਸਾਤ ਉਸਨੇ ਰਹਿਣ ਦਿੱਤੇ, ਵੱਡੇ ਵੱਡੇ ਉਪਲਬਧੀਆਂ ਜੋ ਵੱਖ ਵੱਖ ਦੇਸ਼ਾਂ 'ਚ ਹੋਈਆਂ ਉਹ ਤੇ ਰਹਿਣ ਦਿੱਤੀਆਂ, ਬਾਕੀ ਕੱਢ ਦਿੱਤੀਆਂ। 4 ਸੈਂਚੀਆਂ ਜਦ ਅੱਗੋਂ ਰੱਖੀਆਂ, ਬਾਦਸ਼ਾਹ ਕਹਿਣ ਲੱਗਾ ਅਜੇ ਵੀ ਜ਼ਿਆਦਾ ਹੈ, ਮੇਰੇ ਕੋਲ ਵਕਤ ਨਹੀਂ ਹੈ, ਮੈਂ ਬਹੁਤ ਮਸਰੂਫ। ਸ਼ਾਇਰ ਆਪਣੀ ਤਬੀਅਤ ਨਾਲ ਲਿਖਦਾ ਰਿਹਾ, ਸ਼ਹਿਨਸ਼ਾਹ ਦੀ ਆਪਣੀ ਤਬੀਅਤ, ਇਸ ਨੂੰ ਛੋਟਾ ਕਰ। ਭਾਵੇਂ ਫਿਰਦੋਸੀ ਨੇ ਉਸ ਦਿਨ ਆਖਿਆ ਜਹਾਂ ਪਨਾਹ, ਜੋ ਮੈਂ ਲਿਖ ਚੁੱਕਿਆ ਉਹਨੂੰ ਛੋਟਾ ਕਰਨ ਵਿੱਚ ਕਮ ਸੇ ਕਮ 4 ਗੁਣਾ ਮਿਹਨਤ ਹੋਰ ਲੱਗੇਗੀ। ਦੁੱਧ ਨੂੰ ਲੱਸੀ ਬਣਾਉਂਦਿਆਂ ਦੇਰ ਨਹੀਂ ਲੱਗਦੀ, ਪਾਣੀ ਪਾਈ ਜਾ, ਦੁੱਧ ਨੂੰ ਖੋਇਆ ਬਣਾਉਂਦਿਆਂ ਦੇਰ ਲੱਗੇਗੀ, ਦੁੱਧ ਨੂੰ ਘਿਓ ਬਣਾਉਂਦਿਆਂ ਵਕਤ ਲੱਗੇਗਾ। ਠੀਕ ਹੈ, ਹੋਰ ਮੈਂ ਛੋਟਾ ਕਰਦਾ, ਇੱਕ ਕਿਤਾਬ ਦੀ ਸ਼ਕਲ ਵਿੱਚ ਲਿਆਇਆ, ਸਿਰਫ ਇੱਕੋ ਹੀ ਕਾਪੀ, ਇੱਕੋ ਹੀ ਕਿਤਾਬ। ਬਾਦਸ਼ਾਹ ਨੇ ਕਿਹਾ ਨਹੀਂ, ਇਸ ਤੋਂ ਵੀ ਛੋਟਾ, ਇਹ ਵੀ 500 ਸਫ਼ਿਆਂ ਦੀ ਤੂੰ ਪੋਥੀ ਲੈ ਕੇ ਆ ਗਿਆ, ਮੈਂ ਨਹੀਂ ਪੜ੍ਹ ਸਕਦਾ, ਇਤਨਾ ਨਹੀਂ ਹੈ ਸਮਾਂ ਮੇਰੇ ਕੋਲ। ਵਿਚਾਰਾ ਛੋਟਾ ਕਰਨ ਲੱਗਾ ਔਰ ਸ਼ਹਿਨਸ਼ਾਹ ਦੇ ਸੁਭਾਅ ਦਾ ਵੀ ਉਸ ਨੂੰ ਪਤਾ ਸੀ,
ਸ਼ਾਇਰ ਸੀ, ਫਕੀਰ ਸੀ, ਪਰ ਉਸਦੇ ਸੁਭਾਅ ਨੂੰ ਜਾਣਦਾ ਸੀ। ਅੱਜ ਜਦ ਮਹਿਲਾਂ ਵਿੱਚ ਦਾਖਲ ਹੋਇਆ ਤੇ ਬਾਦਸ਼ਾਹ ਬਿਸਤਰੇ ਮਰਗ ਤੇ ਪਿਆ, ਆਖਰੀ ਦਮਾਂ ਤੇ ਦਮ ਤੋੜ ਰਿਹਾ ਸੀ, ਸ਼ਾਹੀ ਤਬੀਬ ਕੋਲ ਬੈਠੇ, ਫਿਰਦੋਸੀ ਆਇਆ, ਕਹਿੰਦਾ ਸ਼ਹਿਨ ਸ਼ਾਹ, ਮੈਂ ਸੰਸਾਰ ਦਾ ਇਤਿਹਾਸ ਲਿਖ ਕੇ ਲਿਆਇਆ, ਬਹੁਤ ਛੋਟੇ ਰੂਪ ਵਿੱਚ। ਕਿੱਥੇ ਕਿਤਾਬ? ਉਸਨੇ ਇੰਜ ਹੱਥ ਕੀਤਾ ਅੱਗੋਂ, ਕਹਿੰਦੇ ਨਹੀਂ, ਕਿਤਾਬ ਦੀ ਲੋੜ ਨਹੀਂ, ਮੈਂ ਸਿਰਫ ਇੱਕ ਲਮਹੇ ਵਿੱਚ ਸੁਣਾ ਸਕਦਾ ਤੁਹਾਨੂੰ, ਇੱਕ ਲਮਹੇ ਵਿੱਚ, ਭਾਵ ਇੱਕ ਮਿੰਟ ਵਿੱਚ, ਇਤਨਾ ਹੀ ਇਤਿਹਾਸ ਹੈ। ਇਹ ਬਾਦਸ਼ਾਹ ਕਹਿੰਦਾ ਮੇਰਾ ਆਖਰੀ ਦਮ ਟੁੱਟ ਜਾਏ, ਸੁਣਾ ਦੇ, ਛੇਤੀ ਸੁਣਾ, ਕੀ ਇਤਿਹਾਸ ਹੈ। ਸ਼ਹਿਨਸ਼ਾਹ, ਇਤਿਹਾਸ ਇਹੀ ਹੈ, ਮਨੁੱਖ ਜੰਮਦੇ ਨੇ, ਕਦੀ ਦੁਖੀ ਆਉਂਦੇ ਨੇ, ਕਦੀ ਸੁਖੀ ਆਉਂਦੇ ਨੇ, ਅਖੀਰ ਵਿੱਚ ਇਸ ਤਰ੍ਹਾਂ ਦਮ ਤੋੜ ਜਾਂਦੇ ਨੇ ਜਿਵੇਂ ਤੂੰ ਤੋੜ ਰਿਹਾ। ਬਸ ਇਹੀ ਇਤਿਹਾਸ ਹੈ, ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਦੁੱਖ ਸੁੱਖ ਕਰਤ ਜਨਮ ਫੁਨਮ ਹੋਆ, ਚਰਨ ਸਰਨ ਗੁਰ ਆਸ਼ਰਮ ਦਈਆ। ਮਹਾਰਾਜ ਕਹਿੰਦੇ ਨੇ ਕਦੀ ਦੁੱਖ ਕਦੀ ਸੁੱਖ ਤੇ ਮਰ ਗਏ, ਕਦੀ ਦੁੱਖ ਨੇ ਇਤਨਾ ਬੇਹਾਲ ਕਰ ਦਿੱਤਾ ਜ਼ਬਾਨ ਤੇ ਵਾਹਿਗੁਰੂ ਨਹੀਂ ਆਇਆ, ਕਦੀ ਸੁੱਖ ਨੇ ਇਤਨਾ ਸੁਖਿਆਰਾ ਕਰ ਦਿੱਤਾ, ਆਲਸੀ ਕਰ ਦਿੱਤਾ, ਅੰਮ੍ਰਿਤ ਵੇਲਾ ਖੋ ਗਿਆ, ਨਿਤਨੇਮ ਖੋ ਗਿਆ, ਜਪ ਤਪ ਖੋ ਗਿਆ, ਅਖੀਰ ਨੂੰ ਮਰ ਗਿਆ। ਦੁੱਖ ਸੁੱਖ ਕਰਤ ਜਨਮ ਫਨਮ ਹੋਆ, ਹਰ ਮਨੁੱਖ ਦੀ ਇਹੀ ਦਾਸਤਾਨ ਹੈ। ਇਸ ਕਥਾ ਤੋਂ ਇਲਾਵਾ ਹੋਰ ਕੀ ਕਥਾ ਹੈ? ਕੋਈ ਦੁੱਖ ਕਰਕੇ ਰੁਕੇ ਆਇਆ, ਕੋਈ ਸੁੱਖ ਕਰਕੇ ਰੁਕੇ ਆਇਆ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਅਗਰ ਕੋਈ ਪਰਮਾਤਮਾ ਦਾ ਨਾਮ ਸੁਣੇ, ਸੁੱਖ ਉਸਨੂੰ ਡੋਬੇਗਾ ਨਹੀਂ, ਰੋੜਾ ਨਹੀਂ ਬਣੇਗਾ। ਜਨਕ ਲਈ ਰੋੜਾ ਨਹੀਂ ਬਣਿਆ, ਮਹਾਰਾਜਾ ਰਣਜੀਤ ਸਿੰਘ ਲਈ ਰੋੜਾ ਨਹੀਂ ਬਣਿਆ। ਰਾਜ ਮੈਂ ਰਾਜ, ਜੋਗ ਮੈਂ ਜੋਗੀ, ਤੇ ਜੋ ਬਾਹਰੋਂ ਰਾਜਾ ਸੀ ਤੇ ਅੰਦਰੋਂ ਜੁੜੇ ਹੋਇਆ ਜੋਗੀ ਸੀ। ਭਾਈ ਗੁਰਦਾਸ ਜੈਸੀ ਆਤਮਾ ਨੂੰ ਵੀ ਕਹਿਣਾ ਪਿਆ, ਭਗਤ ਵੱਡਾ ਰਾਜਾ ਜਨਕ ਹੈ, ਗੁਰਮੁਖ ਮਾਇਆ ਵਿੱਚ ਉਦਾਸੀ। ਰਾਜ ਸਿੰਘਾਸਣ ਨੇ, ਸੋਨੇ ਦੇ ਮਹਿਲਾਂ ਨੇ, ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਨੇ, ਧਨ ਦੌਲਤ ਨੇ, ਪਰਿਵਾਰ ਨੇ, ਰਾਜ ਸਤਾ ਨੇ, ਇਸ ਨੂੰ ਰੋਕਿਆ ਨਹੀਂ, ਇਹ ਭਜਨ ਬੰਦਗੀ ਕਰਦਾ ਰਿਹਾ। ਵਿਆਸ ਜੈਸਾ ਰਿਸ਼ੀ ਆਪਣੇ ਬੱਚੇ ਸੁਖਦੇਵ ਨੂੰ ਕਹਿੰਦਾ, ਜੇ ਤੂੰ ਗਿਆਨ ਲੈਣਾ ਹੈ ਕਿਸੇ ਕੋਲੋਂ ਤਾਂ ਜਨਕ ਕੋਲ ਲੈ। ਸੁਖਦੇਵ ਕਹਿੰਦਾ ਮੈਂ ਤਿਆਗੀ ਉਹ ਗ੍ਰਸਤੀ, ਮੈਂ ਫਕੀਰ ਸੰਨਿਆਸੀ ਉਹ ਰਾਜਾ, ਮੈਂ ਝੁੱਗੀ ਵਿੱਚ ਰਹਿ ਕੇ ਭਿਕਸ਼ਾ ਖਾਣ ਵਾਲਾ ਉਹ ਤਰ੍ਹਾਂ ਤਰ੍ਹਾਂ ਦੇ ਪਕਵਾਨ ਖਾਣ ਵਾਲਾ, ਮੈਂ ਸਿਰਫ ਇੱਕ ਕੁਪੀਨ ਵਿੱਚ ਰਹਿਣ ਵਾਲਾ ਨੰਗਾ ਉਹ ਤਰ੍ਹਾਂ ਤਰ੍ਹਾਂ ਦੇ ਕੀਮਤੀ ਵਸਤਰ ਪਹਿਨਣ ਵਾਲਾ, ਮੈਂ ਜ਼ਮੀਨ ਦੇ ਉੱਤੇ ਲੇਟਣ ਵਾਲਾ ਉਹ ਸੋਨੇ ਦੇ ਸਿੰਘਾਸਣ 'ਤੇ ਬੈਠਣ ਵਾਲਾ, ਉਸ ਕੋਲ ਮੈਂ ਜਾ ਕੇ ਗਿਆਨ ਲਵਾਂ, ਉਸ ਕੋਲ ਮੈਂ ਜਾ ਕੇ ਸਿਕਸ਼ਾ ਲਵਾਂ, ਮੈਂ ਸੰਨਿਆਸੀ ਉਹ ਗ੍ਰਸਤੀ,
ਪਤਾ ਵਿਆਸ ਨੇ ਕੀ ਆਖਿਆ, ਸੁਖਦੇਵ ਉਹ ਗ੍ਰਸਤੀ ਹੁੰਦਿਆਂ ਵੀ ਸੰਨਿਆਸੀ ਹੈ, ਤੂੰ ਸੰਨਿਆਸੀ ਹੁੰਦਿਆਂ ਵੀ ਗ੍ਰਸਤੀ ਹੈ, ਤੂੰ ਤਿਆਗੀ ਹੁੰਦਿਆਂ ਵੀ ਤਿਆਗੀ ਨਹੀਂ ਹੈ, ਉਹ ਗ੍ਰਹਿਣ ਕਰਦਾ ਹੋਇਆ ਵੀ ਤਿਆਗੀ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਬਿਨ ਹਉ ਤਿਆਗ ਕਹਾਂ ਕਉ ਤਿਆਗੀ, ਬਿਨ ਬੈਰਾਗ ਕਹਾਂ ਕਉ ਬੈਰਾਗੀ। ਪਰਿਵਾਰ ਦਾ ਤਿਆਗ ਤਿਆਗ ਨਹੀਂ ਹੈ, ਧਨ ਦਾ ਤਿਆਗ ਤਿਆਗ ਨਹੀਂ ਹੈ, ਵਸਤਰਾਂ ਦਾ ਤਿਆਗ ਤਿਆਗ ਨਹੀਂ ਹੈ, ਹੰਕਾਰ ਦਾ ਤਿਆਗ ਤਿਆਗ ਹੈ, ਹੰਕਾਰ ਦਾ ਤਿਆਗ ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਇਹ ਅਗਰ ਆਖਰੀ ਸੀਮਾ ਤੇ ਆ ਜਾਏ ਤਾਂ ਤੂੰ ਪ੍ਰਗਟ ਹੋ ਜਾਂਦਾ, ਪਰਮਾਤਮਾ ਪ੍ਰਗਟ ਹੋ ਜਾਂਦਾ। ਜਨਕ ਇਸ ਤਰ੍ਹਾਂ ਜੀ ਰਿਹਾ, ਤੇਰੇ ਕੋਲ ਹੰਕਾਰ ਹੈ, ਉਸਦੇ ਕੋਲ ਵਿਨਿਮਰਤਾ ਹੈ, ਤੈਨੂੰ ਗਿਆਨ ਉੱਥੋਂ ਲੈਣਾ ਪਏਗਾ। ਮਹਾਰਾਜੇ ਤੇ ਸਿੱਖ ਜਗਤ ਵਿੱਚ ਬੜੇ ਹੋਏ ਨੇ, ਪਰ ਜੈਨਤੀ ਤੇ ਬਰਸੀ ਅੱਜ ਵੀ ਸਿੱਖ ਜਗਤ ਮਹਾਰਾਜਾ ਰਣਜੀਤ ਸਿੰਘ ਦੀ ਮਨਾਉਂਦਾ ਹੈ। ਉਸਨੇ ਆਪਣੇ ਖਜ਼ਾਨਿਆਂ ਦੇ ਦਰਵਾਜ਼ੇ ਖੋਲ੍ਹੇ ਗੁਰਦੁਆਰੇ ਬਣਾਉਣ ਲਈ, ਔਰ ਆਪ ਦੀ ਗਿਆਤ ਲਈ ਅਰਜ਼ ਕਰਾਂ, ਕਿਧਰੇ ਵਿਤਕਰੇ ਵਾਲਾ ਬਾਦਸ਼ਾਹ ਕੋਈ ਨਾ ਆਖੇ ਤਾਂ ਮੰਦਿਰ ਅਤੇ ਮਸਜਿਦਾਂ ਵੀ ਉਸੇ ਪੈਸੇ ਨਾਲ ਬਣੀਆਂ। ਜੰਮੂ ਦਾ ਰਘੁਨਾਥ ਮੰਦਿਰ ਮਹਾਰਾਜਾ ਰਣਜੀਤ ਸਿੰਘ ਦੀ ਦੇਣ, ਵਿਸ਼ਵਨਾਥ ਕਾਸ਼ੀ ਮੰਦਿਰ ਦਾ ਸੋਨੇ ਦਾ ਕਲਸ਼ ਇੱਕ ਮਣ ਸੋਨਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ, ਕੁਰਾਨ ਸ਼ਰੀਫ ਦਾ ਪਹਿਲਾ ਟੀਕਾ ਲਿਖਣ ਦਾ ਸਾਰਾ ਮੁਆਵਜ਼ਾ ਮਹਾਰਾਜਾ ਰਣਜੀਤ ਸਿੰਘ ਦੀ ਦੇਣ, ਤਮਾਮ ਇਤਿਹਾਸਕ ਅਸਥਾਨਾਂ ਨਾਲ ਜਗੀਰ ਲਾਣੀ ਔਰ ਉਹਨਾਂ ਨੂੰ ਉਸਾਰਨਾ ਬਣਾਉਣਾ ਮਹਾਰਾਜਾ ਰਣਜੀਤ ਸਿੰਘ ਦੀ ਮਿਹਨਤ, ਜਿੱਥੇ ਬਾਕੀ ਸਿੱਖ ਰਾਜੇ ਆਪਣੀ ਸਿੱਖੀ ਨੂੰ ਨਾ ਬਚਾ ਸਕੇ, ਉੱਥੇ ਇਹ ਰਾਜਾ ਸਿੱਖੀ ਦੀ ਖਾਤਰ ਆਪਣਾ ਰਾਜਪਾਠ ਵੀ ਤਿਆਗ ਕਰਕੇ ਚਲਾ ਗਿਆ, ਇੰਜ ਕਹਿ ਲਓ ਸਭ ਕੁਝ ਕੁਰਬਾਨ ਕੀਤਾ। ਇਸ ਵਾਸਤੇ ਸਿੱਖ ਜਗਤ ਇਸੇ ਦੀ ਜੈਨਤੀ ਮਨਾਉਂਦਾ ਹੈ, ਇਸੇ ਦੀ ਜੋ ਹੈ ਬਰਸੀ ਮਨਾਉਂਦਾ ਹੈ। ਇਹ ਰਾਜਾ ਹੁੰਦਿਆਂ ਹੋਇਆਂ ਵੀ ਸੰਨਿਆਸੀ ਹੈ, ਅਕਸਰ ਸੰਨਿਆਸੀ ਸੰਨਿਆਸੀ ਹੁੰਦਿਆਂ ਹੋਇਆਂ ਵੀ ਰਾਜੇ ਹੁੰਦੇ ਨੇ। ਖੈਰ ਮੁਖਤਸਰ ਜੋ ਹੈ ਮਰਜ ਕਰਾਂ, ਜੋ ਪਰਮਾਤਮਾ ਦਾ ਨਾਮ ਸੁਣਦਾ ਹੈ ਦੁੱਖ ਮਿਟ ਜਾਂਦੇ ਨੇ, ਸੁੱਖ ਮਿਟ ਜਾਂਦੇ ਨੇ, ਭਾਵ ਦੁੱਖ ਸੁੱਖ ਰੋਕਦੇ ਨੇ ਕਿਉਂਕਿ ਪਾਪ ਮਿਟ ਜਾਂਦੇ ਹਨ। ਪਰ ਇਹ ਇੱਕ ਐਸੀ ਸੌਗਾਤ ਹੈ, ਅਗਰ ਕਿਸੇ ਨੂੰ ਪ੍ਰਾਪਤ ਹੋ ਗਈ ਹੈ, ਇੰਜ ਹੱਥ ਨਾਲ ਚੁੱਕ ਕੇ ਕਿਸੇ ਨੂੰ ਨਹੀਂ ਦੇ ਸਕਦਾ, ਪ੍ਰੇਰਣਾ ਦੇ ਸਕਦਾ ਹੈ, ਸਿਕਸ਼ਾ ਦੀਕਸ਼ਾ ਦੇ ਸਕਦਾ ਹੈ, ਅਤੇ ਸਿਕਸ਼ਾ ਦੇ ਕੇ ਅਵਤਾਰੀ ਪੁਰਸ਼ ਥੱਕ ਵੀ ਗਏ ਨੇ, ਭਗਤ ਥੱਕ ਵੀ ਗਏ ਨੇ। ਫਰੀਦ ਵੀ ਕਹਿੰਦੇ ਨੇ, ਮੈਂ ਥੱਕ ਗਿਆ, ਕੂਕੇ ਦੀਆਂ ਝਾਂਗੇ ਦੀਆਂ ਮੱਤੀ ਦੇਂਦੀਆਂ ਨਿਤ, ਫਰੀਦਾ ਜੋ ਸ਼ੈਤਾਨ ਵਜਾਈਆਂ ਸੇ ਕਿਤ ਫੇਰਨ ਚਿੱਤ। ਜਿਨ੍ਹਾਂ ਦੇ ਮੰਦ ਅਤੇ ਸ਼ੈਤਾਨ ਦਾ ਇਤਨਾ ਪ੍ਰਭਾਵ ਪੈ ਗਿਆ, ਇਤਨਾ ਪ੍ਰਭਾਵ ਪੈ ਗਿਆ, ਉਸੇ ਦੇ ਜ਼ੇਰ ਅਸਰ ਜੀ ਰਹੇ ਨੇ, ਉਹ ਮੇਰੀ ਗੱਲ ਕਿੱਥੇ ਮੰਨਦੇ ਨੇ, ਮੈਂ ਤਾਂ ਥੱਕ ਗਿਆ ਕਹਿ ਕਹਿ ਕਹਿ। ਫਰੀਦ ਮਤ ਦਿੰਦਿਆਂ ਦਿੰਦਿਆਂ ਥੱਕ ਗਿਆ, ਸਮਝਾਉਂਦਿਆਂ ਸਮਝਾਉਂਦਿਆਂ ਥੱਕ ਗਿਆ, ਨਹੀਂ ਮੰਨਦੇ ਲੋਕੀ।
ਇਹ ਮਨੁੱਖਤਾ ਪਤਾ ਨਹੀਂ ਕਿਤਨੇ ਅਵਤਾਰ, ਕਿਤਨੇ ਸੰਤ, ਕਿਤਨੇ ਭਗਤ ਉਹਨਾਂ ਨੂੰ ਆਪਣੇ ਮਕਸਦ ਵਿੱਚ ਅਸਫਲ ਕਰ ਚੁੱਕੀ ਹੈ, ਸਫਲ ਨਹੀਂ ਕਰਨ ਦਿੱਤਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਬੜੀ ਕੋਸ਼ਿਸ਼ ਸੀ ਮੁਹੰਮਦ ਸਾਹਿਬ ਦੀ, ਇਸਲਾਮ ਫੈਲੇ ਸਾਰੀ ਦੁਨੀਆ 'ਚ। ਇਸਲਾਮ ਦਾ ਮਤਲਬ ਅਮਨ ਸਲਾਮਤੀ, ਇੰਨਾ ਹੀ ਸੀ ਉਹਨਾਂ ਦਾ ਮਤਲਬ, ਇੰਨਾ ਹੀ ਸੀ। ਮੁਸਲਮਾਨਾਂ ਦੇ ਹੋਰ ਅਰਥ, ਹੋਰ ਭਾਵ ਕੱਢ ਕੇ ਸਵੈ ਖੂਨ ਖਰਾਬੇ ਤੋਂ ਹੋਰ ਕਿਸੇ ਨੂੰ ਵੀ ਜਨਮ ਨਹੀਂ ਦਿੱਤਾ। ਆਪਸ ਵਿੱਚ ਵੀ ਲੜ ਰਹੇ ਨੇ, ਸ਼ੀਆ ਸੁੰਨੀ ਫਸਾਦ ਹੋ ਜਾਂਦੇ ਨੇ। ਮੈਨੂੰ ਯਾਦ ਆਈ ਇੱਕ ਗੱਲ, ਪਟਨਾ ਸਾਹਿਬ ਤਖ਼ਤ ਦੇ ਉੱਤੇ ਇੱਕ ਲੀਡਰ ਪਿਆ ਬੋਲੇ, ਹਮਾਰੇ ਦੇਸ਼ ਕੀ ਸਮੱਸਿਆਏ ਬਹੁਤ ਹੈ, ਕਿਉਂ ਯਹਾਂ ਭਿੰਨ ਭਿੰਨ ਭਾਸ਼ਾਏ ਹੈ, ਭਿੰਨ ਭਿੰਨ ਧਰਮ ਹੈ, ਭਿੰਨ ਭਿੰਨ ਵਰਨ ਹੈ, ਤੋ ਯਹਾਂ ਕੀ ਸਮੱਸਿਆਏ ਔਰ ਮੁਲਕੋਂ ਸੇ ਅਧਿਕ ਹੈ। ਇੰਜ ਕਹਿਣ ਲੱਗਾ, ਕਿਸੇ ਮੁਲਕ ਵਿੱਚ ਇੱਕੋ ਹੀ ਧਰਮ ਹੈ, ਇੱਕੋ ਹੀ ਭਾਸ਼ਾ ਹੈ, ਇੱਕੋ ਹੀ ਵਰਨ ਹੈ, ਉਹਦੀ ਸਮੱਸਿਆ ਥੋੜ੍ਹੀ ਹੈ। ਸਾਡੇ ਮੁਲਕ ਦੀਆਂ ਸਮੱਸਿਆਵਾਂ ਇਸ ਵਾਸਤੇ ਜ਼ਿਆਦਾ ਨੇ, ਉਹ ਬੋਲ ਰਿਹਾ ਸੀ, ਇੱਥੇ ਮਜ਼ਹਬ ਇੱਕ ਨਹੀਂ ਹੈ, ਇੱਥੇ ਭਾਸ਼ਾ ਇੱਕ ਨਹੀਂ ਹੈ, ਇੱਥੇ ਵੇਖ ਇੱਕ ਨਹੀਂ ਹੈ, ਇੱਥੇ ਨਸਲ ਵੀ ਇੱਕ ਨਹੀਂ ਹੈ। ਇਸ ਵਾਸਤੇ ਬਾਕੀ ਮੁਲਕਾਂ ਨਾਲੋਂ ਸਾਡੇ ਹਿੰਦੁਸਤਾਨ ਦੀਆਂ ਸਮੱਸਿਆਵਾਂ ਜ਼ਿਆਦਾ ਨੇ। ਉੱਥੇ ਲੈਕਚਰ ਦੇ ਕੇ ਚਲਾ ਗਿਆ ਮੈਂ, ਅੰਦਰ ਹੀ ਜਜ਼ਬੇ ਲੈ ਕੇ ਬੈਠਾ ਹੋਇਆ ਸੀ ਮੈਂ ਕਿ ਸੁਣ ਕੇ ਜਾਵੇ ਗਲਤ ਕਹਿ ਰਿਹਾ। ਕਮ ਸੇ ਕਮ 70-80 ਹਜ਼ਾਰ ਮਨੁੱਖ ਸੁਣ ਰਹੇ ਨੇ, ਇੰਨਾ ਇਕੱਠ ਹੈ, ਪ੍ਰੋਗਰਾਮ ਸਾਰਾ ਟੈਲੀਕਾਸਟ ਵੀ ਹੋ ਰਿਹਾ ਔਰ ਇਹ ਬੋਲ ਰਿਹਾ। ਮੈਨੂੰ ਫਿਰ ਉੱਥੇ ਕਹਿਣਾ ਪਿਆ, ਸਾਰੇ ਅਰਬ ਦੇਸ਼ਾਂ ਦੀ ਭਾਸ਼ਾ ਇੱਕੋ ਹੈ, ਅਰਬੀ ਬੋਲਦੇ ਨੇ, ਸਾਰਿਆਂ ਦਾ ਧਰਮ ਵੀ ਇੱਕੋ ਹੈ, ਮੁਸਲਮਾਨ ਨੇ, ਸਾਰਿਆਂ ਦਾ ਧਰਮ ਗ੍ਰੰਥ ਵੀ ਇੱਕੋ ਹੈ ਕੁਰਾਨ ਸ਼ਰੀਫ, ਸਾਰਿਆਂ ਦਾ ਇਸ਼ਟ ਵੀ ਇੱਕੋ ਹੈ ਮੁਹੰਮਦ ਸਾਹਿਬ, ਅਤੇ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ, ਇੱਕ ਮੁਲਕ ਦੂਜੇ ਦੇ ਖੂਨ ਦਾ ਪਿਆਸਾ ਹੈ। ਇਰਾਕ ਅਤੇ ਕੁਵੈਤ ਦੀ ਜੰਗ ਤਾਂ ਹੁਣੇ ਹੀ ਸਾਰੀ ਦੁਨੀਆ ਨੇ ਦੇਖੀ, ਪੜੋਸ ਦੋਵੇਂ ਹੀ ਅਰਬੀ, ਅਰਬੀ ਬੋਲਦੇ ਨੇ, ਮੁਸਲਮਾਨ ਨੇ, ਕੁਰਾਨ ਸ਼ਰੀਫ ਪੜ੍ਹਦੇ ਨੇ, ਨਮਾਜ਼ ਪੜ੍ਹਦੇ ਨੇ, ਮੁਹੰਮਦ ਸਾਹਿਬ ਨੂੰ ਜੋ ਹੈ ਮੰਨਦੇ ਨੇ। ਜੋਰਡਨ ਦੀ ਲੀਬੀਆ ਨਾਲ ਨਹੀਂ ਬਣਦੀ, ਲੀਬੀਆ ਦੀ ਇਰਾਕ ਨਾਲ ਨਹੀਂ ਬਣਦੀ, ਇਰਾਕ ਦੀ ਕੁਵੈਤ ਨਾਲ ਨਹੀਂ ਬਣਦੀ। ਤੁਸੀਂ ਇਸ ਤਰ੍ਹਾਂ ਸਟੱਡੀ ਕਰੋ, ਇਹ ਸਾਰੇ ਇੱਕ ਦੂਜੇ ਦੇ ਖੂਨ ਦੇ ਪਿਆਸੇ। ਇਰਾਕ ਇਰਾਨ ਦੀ ਜੰਗ ਤਾਂ 9 ਸਾਲ ਰਹੀ, ਇਹ ਗੱਲ ਵੱਖਰੀ, ਥੋੜ੍ਹੀ ਜਿਹੀ ਭਾਸ਼ਾ ਇੱਕ ਨਹੀਂ ਹੈ, ਇਰਾਨੀ ਫਾਰਸੀ ਬੋਲਦੇ ਨੇ, ਇਰਾਕੀ ਅਰਬੀ ਬੋਲਦੇ ਨੇ, ਬਾਕੀ ਤਾਂ ਸਭ ਕੁਝ ਇੱਕ ਹੈ, ਮਜ਼ਹਬ ਇੱਕ ਹੈ, ਧਰਮ ਗ੍ਰੰਥ ਇੱਕੋ ਹੈ, ਇਸ਼ਟ ਇੱਕ ਹੈ। ਉਹ ਨਮਾਜ਼ ਪੜ੍ਹਦੇ ਨੇ, ਉਹ ਨਮਾਜ਼ ਪੜ੍ਹਦੇ ਨੇ, ਇੱਕ ਦੂਜੇ ਦੇ ਖੂਨ ਦੇ ਪਿਆਸੇ। ਜਿੱਥੇ ਸਵਾਰਥ ਟਕਰਾ ਜਾਣ, ਮਜ਼ਹਬ ਇੱਕ ਵੀ ਹੋਵੇ ਤਾਂ ਵੀ ਮਨੁੱਖ ਇੱਕ ਨਹੀਂ ਹੋ ਸਕਦਾ। ਆਖਰ ਸਿੱਖ ਵੀ ਸਿੱਖ ਨਾਲ ਲੜਦੇ ਨੇ, ਔਰ ਕੀ ਹੈ, ਹਿੰਦੂ ਵੀ ਹਿੰਦੂਆਂ ਨਾਲ ਲੜਦੇ ਨੇ। ਜਿੱਥੇ ਸਵਾਰਥ ਟਕਰਾ ਜਾਏ ਉੱਥੇ ਭਾਸ਼ਾ ਵੀ ਇੱਕ ਨਹੀਂ ਹੋਣ ਦੇਵੇਗੀ। ਹਿੰਦੀ ਬੋਲਣ ਵਾਲੇ ਵੀ ਆਪਸ ਵਿੱਚ ਲੜਦੇ ਨੇ, ਪੰਜਾਬੀ ਬੋਲਣ ਵਾਲੇ ਵੀ ਲੜਦੇ ਨੇ, ਅਰਬੀ ਬੋਲਣ ਵਾਲੇ ਵੀ ਲੜਦੇ ਨੇ। ਜਿੱਥੇ ਸਵਾਰਥ ਟਕਰਾ ਜਾਏ, ਭਾਵੇਂ ਦੇਸ਼ ਵੀ ਇੱਕ ਹੋਵੇ ਤਾਂ ਵੀ ਲੜਾਈ ਹੋਵੇਗੀ।
ਇੱਕ ਦੇਸ਼ ਵੀ ਇੱਕ ਨਹੀਂ ਹੋਣ ਦਿੰਦਾ, ਇੱਕ ਭਾਸ਼ਾ ਵੀ ਇੱਕ ਨਹੀਂ ਹੋਣ ਦਿੰਦੀ, ਇੱਕ ਮਜ਼ਹਬ ਵੀ ਇੱਕ ਨਹੀਂ ਹੋਣ ਦਿੰਦਾ, ਇੱਕ ਇਸ਼ਟ ਵੀ ਇੱਕ ਨਹੀਂ ਹੋਣ ਦਿੰਦਾ। ਸਾਰੇ ਮੁਸਲਮਾਨਾਂ ਦਾ ਇਸ਼ਟ ਮੁਹੰਮਦ, ਲੇਕਿਨ 72 ਫਿਰਕੇ ਬਣੇ ਹੋਏ ਨੇ ਔਰ 72 ਦੇ ਚੇਂਜ ਕਹਿ ਲਓ 72,000 ਬਣੇ ਨੇ, ਜਿੱਥੇ ਜਿੱਥੇ ਸਵਾਰਥ ਟਕਰਾਉਂਦਾ ਹੈ, ਖੂਨ ਖਰਾਬ ਹੈ, ਬੜੇ ਪ੍ਰਬਲ ਖੂਨ ਖਰਾਬ ਹੈ। ਨਾ ਭਾਸ਼ਾ ਇੱਕ ਹੋਣ ਦਿੰਦੀ ਹੈ, ਨਾ ਮੁਲਕ ਇੱਕ ਹੋਣ ਦਿੰਦਾ, ਨਾ ਮਜ਼ਹਬ ਇੱਕ ਹੋਣ ਦਿੰਦਾ, ਨਾ ਇਸ਼ਟ ਇੱਕ ਹੋਣ ਦਿੰਦਾ। ਹਾਂ, ਕਿਧਰੇ ਮਨ ਇੱਕ ਨਾਲ ਜੁੜ ਜਾਏ ਫਿਰ ਸਾਰੀ ਕਾਇਨਾਤ ਇੱਕ ਦਿਖਾਈ ਦਿੰਦੀ ਹੈ, ਫਿਰ ਮਨੁੱਖ ਦਿਲ ਦੀ ਗਹਿਰਾਈ ਤੋਂ ਉਸ ਪਰਮਾਤਮਾ ਕੋਲੋਂ ਮੰਗਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਬੜਾ, ਹੇ ਪ੍ਰਭੂ ਸਾਰਿਆਂ ਦੀ ਝੋਲੀ 'ਚ ਸੁੱਖ ਪਾ, ਸਭ ਨੂੰ ਸ਼ਾਂਤੀ ਦੇ, ਸਾਰਿਆਂ ਨੂੰ ਆਨੰਦ ਦੇ, ਹਰ ਇੱਕ ਦੇ ਰਸਤੇ ਦੇ ਰੋੜੇ ਦੂਰ ਹੋਣ, ਹਰ ਇੱਕ ਅਮਨ ਸਲਾਮਤੀ ਨਾਲ ਰਵੇ, ਸਾਰੀ ਦੁਨੀਆ ਅਮਨ ਸਲਾਮਤੀ ਨਾਲ ਰਵੇ। ਕਿਆ ਮੁਹੰਮਦ ਸਾਹਿਬ ਨੂੰ ਸਫਲਤਾ ਮਿਲੀ? ਕਤਈ ਨਹੀਂ। ਮਰਿਆਦਾ ਵਿੱਚ ਹੀ ਸਾਰੇ ਲੋਕੀ ਰਵਨ। ਕਿਆ ਇਹ ਸਫਲਤਾ ਰਾਮ ਨੂੰ ਮਿਲੀ, ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ? ਕਿਆ ਜੀਵਨ ਮਰਿਆਦਾ ਵਿੱਚ ਹੈ? ਭਾਰਤ ਵਾਸੀਆਂ ਦੀ ਮਰਿਆਦਾ ਵਿੱਚ ਨਹੀਂ, ਸਾਰੀ ਦੁਨੀਆ ਦੀ ਤੇ ਗੱਲ ਹੀ ਛੱਡੋ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ, ਧਰਮ ਚਲਾਵਨ ਸੰਤ ਉਬਾਰਨ, ਦੁਸ਼ਟ ਸਬਲਨ ਕੋ ਮੂਲ ਉਪਾਰਨ। ਧਰਮ ਨੂੰ ਚਲਾਉਣਾ, ਸੰਤ ਦੀ ਰਕਸ਼ਾ ਕਰਨੀ, ਦੁਸ਼ਟਾਂ ਦੀਆਂ ਜੜ੍ਹਾਂ ਉਖੜਨ, ਦੁਸ਼ਟਪਣੇ ਦੀਆਂ ਜੜ੍ਹਾਂ ਉਖੜਨ, ਮੇਰੀ ਜ਼ਿੰਦਗੀ ਦਾ ਇਹੀ ਮਨੋਰਥ। ਹਜ਼ਮ ਕਰ ਸਕੋਗੇ? ਕਿਆ ਇਹ ਸਭ ਕੁਛ ਹੋ ਗਿਆ? ਕਿਆ ਹੋ ਗਿਆ? ਇਸ ਮਨੁੱਖਤਾ ਨੇ, ਇਸ ਬੰਦੇ ਨੇ ਪਤਾ ਨਹੀਂ ਕਿਤਨੇ ਕਿਤਨੇ ਅਵਤਾਰਾਂ ਨੂੰ ਆਪਣੇ ਮਕਸਦ ਦੇ ਸਫਲ ਨਹੀਂ ਆਉਣ ਦਿੱਤਾ। ਮਨੁੱਖ ਦੀ ਇਹ ਤਰਜ਼ੇ ਜ਼ਿੰਦਗੀ, ਮਨੁੱਖ ਇਸ ਢੰਗ ਨਾਲ ਜੀ ਰਿਹਾ। ਦੂਸਰੀ, ਸਾਰੀ ਦੁਨੀਆ 'ਚ ਧਨ ਵੱਧਦਾ ਜਾ ਰਿਹਾ ਹੈ। ਇੱਕ ਪਤੀ ਆਪਣਾ ਧਨ ਪਤਨੀ ਨੂੰ ਦੇ ਸਕਦਾ, ਇੱਕ ਪਿਤਾ ਪੁੱਤਰ ਨੂੰ ਦੇ ਸਕਦਾ, ਦਾਦਾ ਪੋਤਰੇ ਨੂੰ ਦੇ ਸਕਦਾ, ਭਰਾ ਭਰਾ ਨੂੰ ਦੇ ਸਕਦਾ। ਧਰਮ ਰੱਬੀ ਰਸ ਮੈਨੂੰ ਮਿਲਿਆ, ਮੈਂ ਕਿਸੇ ਨੂੰ ਦੇ ਨਹੀਂ ਸਕਦਾ, ਦੂਜੇ ਨੂੰ ਮਿਲਿਆ ਮੈਨੂੰ ਨਹੀਂ ਦੇ ਸਕਦਾ। ਇਹ ਤੇ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ, ਮਨ ਕੋਏ ਅਗਲੀਆਂ ਪੌੜੀਆਂ 'ਚ ਸਤਿਗੁਰ ਖੋਲ੍ਹ ਦੇਣਗੇ। ਜਿਹੜਾ ਜਾਣਦਾ ਸੋ ਜਾਣਦਾ, ਉਹ ਜਾਣਾ ਨਹੀਂ ਸਕਦਾ। ਜਿਹੜਾ ਮਾਣਦਾ ਸੋ ਮਾਣਦਾ, ਉਹ ਦੂਜੇ ਨੂੰ ਦੇ ਨਹੀਂ ਸਕਦਾ। ਇਹ ਐਸੀ ਦੌਲਤ ਹੈ, ਖੁਦ ਕਮਾਉਣੀ ਪੈਂਦੀ ਹੈ। ਇਹ ਐਸੀ ਦਵਾਈ ਹੈ, ਖਾਣੀ ਵੀ ਆਪ ਪੈਂਦੀ ਹੈ, ਬਣਾਉਣੀ ਵੀ ਆਪ ਪੈਂਦੀ ਹੈ, ਬਾਜ਼ਾਰੋਂ ਨਹੀਂ ਮਿਲਦੀ। ਇਸ ਵਾਸਤੇ ਸੁਣੀ ਹੈ, ਜੋ ਸੁਣਦਾ ਹੈ, ਮਹਾਰਾਜ ਕਹਿੰਦੇ ਉਹਦੇ ਪਾਪ ਨਾਸ਼ ਹੋ ਜਾਂਦੇ। ਜਦ ਪਾਪ ਨਾਸ਼ ਹੋ ਜਾਂਦੇ ਨੇ, ਦੁੱਖ ਨਾਸ਼ ਹੋ ਜਾਂਦੇ ਨੇ। ਦੁੱਖ ਨਾਸ਼ ਹੋ ਗਏ, ਪਾਪ ਨਾਸ਼ ਹੋ ਗਏ, ਇਸ ਤੋਂ ਮੁਰਾਦ ਇਹ ਨਹੀਂ ਕਿ ਦੁੱਖ ਸੁੱਖ ਉਸ ਨੂੰ ਆਉਂਦੇ ਨਹੀਂ, ਆਉਂਦੇ ਨੇ, ਆਮ ਬੰਦਿਆਂ ਨਾਲੋਂ ਜ਼ਿਆਦਾ ਆਉਂਦੇ ਨੇ।